ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਅਤੇ ਰੋਜ਼ਾਨਾ ਇਸ ਮੰਚ ਦੇ ਉੱਤੇ ਉਹਨਾਂ ਅਹਿਮ ਵਿਸ਼ਿਆਂ ਦੇ ਉੱਤੇ ਅਸੀਂ ਇਸ ਮੰਚ ਨੂੰ ਸਜਾਉਂਦੇ ਹਾਂ ਔਰ ਗੱਲ ਕਰਦੇ ਹਾਂ। ਅੱਜ ਇੱਕ ਅਹਿਮ ਵਿਸ਼ਾ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਲੈ ਕੇ ਆਏ ਹਾਂ। ਇਸ ਵਿਸ਼ੇ ਦੇ ਉੱਤੇ ਗੱਲ ਕਰਨਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਕਈ ਵਾਰ ਵਾਅਦੇ ਜਿਹੜੇ ਨੇ ਉਹ ਸਰਕਾਰਾਂ ਵੱਲੋਂ ਕੀਤੇ ਜਾਂਦੇ ਹਨ, ਲੇਕਿਨ ਉਹਨਾਂ ਵਾਅਦਿਆਂ ਦੇ ਉੱਤੇ ਅਮਲ ਜਿਹੜਾ ਹੈਗਾ ਸਰਕਾਰਾਂ ਵੱਲੋਂ ਨਹੀਂ ਕੀਤਾ ਜਾਂਦਾ। ਔਰ ਜਦ ਵਾਅਦਾ ਪੂਰਾ ਨਹੀਂ ਹੁੰਦਾ ਤਾਂ ਫਿਰ ਸਾਡੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਰਹਿ ਜਾਂਦੀ ਹੈ ਕਿ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਗੱਲ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਅਗਰ ਇਹ ਵਾਅਦਾ ਕੀਤਾ ਤਾਂ ਫਿਰ ਕਿਉਂ ਕੀਤਾ, ਜੇ ਇਹਨੂੰ ਪੂਰਾ ਨਹੀਂ ਕਰ ਪਾਏ ਤਾਂ ਫਿਰ ਇਹ ਕਿਉਂ ਨਹੀਂ ਕਰ ਪਾਏ। ਵਾਅਦਾ ਮੈਨੂੰ ਇਸ ਕਰਕੇ ਯਾਦ ਆਉਂਦਾ ਕਿ ਕੁਝ ਮਹੀਨਿਆਂ ਪਹਿਲਾਂ ਜਦ ਨਰਿੰਦਰ ਮੋਦੀ ਅਮੈਰੀਕਾ ਫੇਰੀ 'ਤੇ ਇੱਥੇ ਪਰਤੇ ਸਨ ਤਾਂ ਉਹਨਾਂ ਨੇ ਬਕਾਇਦਾ ਹਾਊਡੀ ਮੋਦੀ ਨਾਂ ਦਾ ਜਿਹੜਾ ਇੱਕ ਵੱਡਾ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਡੋਨਲਡ ਟਰੰਪ ਨੇ ਵੀ ਸ਼ਿਰਕਤ ਕੀਤੀ ਔਰ ਡੋਨਲਡ ਟਰੰਪ ਮੋਦੀ ਦੀ ਹਿਮਾਇਤ ਕਰਦੇ ਹੋਏ ਨਜ਼ਰ ਆਏ। ਜੇ ਤੁਹਾਨੂੰ ਯਾਦ ਹੋਣਾ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਬਹੁਤ ਜਲਦ ਦੇਸ਼ ਦੇ ਪ੍ਰਤੀ ਵੱਡੇ ਫੈਸਲੇ ਲਵਾਂਗਾ, ਪਰ ਜਦ ਇੱਕ ਸਿੱਖ ਡੈਲੀਗੇਸ਼ਨ ਸਿੱਖਸ ਇਨ ਅਮੈਰੀਕਾ ਦਾ ਜਿਹੜਾ ਵਫਦ ਹੈ ਉਹ ਜਦ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦਾ ਹੈ ਤਾਂ ਮੋਦੀ ਬਕਾਇਦਾ ਕਹਿੰਦੇ ਹਨ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ ਮੈਂ ਇੱਕ ਸਿੱਖਾਂ ਦੇ ਲਈ ਬਹੁਤ ਵੱਡਾ ਐਲਾਨ ਕਰਨ ਵਾਲਾ। ਤਾਂ ਸਾਰਿਆਂ ਨੇ ਇਹੀ ਕਵਾਇਦ ਲਗਾਈ ਕਿ ਜਿਹੜੀ ਕਾਲੀ ਸੂਚੀ ਹੈ ਉਹ ਬਕਾਇਦਾ ਖਤਮ ਕੀਤੀ ਜਾਵੇਗੀ। ਤਾਂ ਇਹ ਵੀ ਕਿਆਸ ਲਗਾਏ ਗਏ ਕਿ ਬੰਦੀ ਸਿੰਘਾਂ ਦੀ ਰਿਹਾਈ ਭਾਰਤ ਸਰਕਾਰ ਦਾ ਅਹਿਮ ਵਿਸ਼ਾ ਰਹਿ ਚੁੱਕਿਆ, ਕਿਉਂਕਿ ਕਈ ਵਾਰ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਇਸ ਬਾਰੇ ਬੋਲ ਚੁੱਕੇ ਹਨ। ਔਰ ਉਹਨਾਂ ਨੇ ਕਿਹਾ ਕਿ ਮੈਂ ਇਹ ਰਾਜ ਰੱਖਣਾ ਚਾਹੁੰਦਾ, ਲੇਕਿਨ ਜਦ ਵਿਚਾਰਧਾਰਾ ਵੇਖੀ ਗਈ ਤਾਂ ਇਹ ਲੱਗਿਆ ਕਿ ਬੀਜੇਪੀ ਵਾਕਈ ਹੀ ਸਿੱਖਾਂ ਨੂੰ ਲੈ ਕੇ ਹਮਦਰਦੀ ਦਿਖਾਵੇਗੀ, ਪਰ ਉਹ ਹਮਦਰਦੀ ਜਿਹੜੀ ਹੈਗੀ ਹੈ ਉਹ ਦਰਦ ਦੇ ਵਿੱਚ ਤਬਦੀਲ ਹੁੰਦੀ ਹੈ ਜਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਅਸੀਂ ਕੋਈ ਵੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੇ। ਜਦ ਰਵਿੰਦਰ ਬਕਾਇਦਾ ਮੈਂ ਮਾਫ਼ੀ ਚਾਹਾਂਗਾ ਕਿ ਜਦ ਇੰਡੀਅਨ ਕੌਂਸੂਲੇਟ ਦੇ ਐਂਬੈਸਡਰ ਨਿਊਯਾਰਕ ਵਿਖੇ ਸੁਨੀਲ ਚੱਕਰਵਰਤੀ ਹੋਰਾਂ ਨਾਲ ਜਦ ਗੱਲ ਕੀਤੀ ਜਾਂਦੀ ਹੈ ਸਾਡੀ ਟੀਮ ਵੱਲੋਂ, ਤਾਂ ਮਿਸਟਰ ਚੱਕਰਵਰਤੀ ਕਹਿੰਦੇ ਹਨ ਕਿ ਮੈਂ ਵੀ ਇਸ ਗੱਲ ਦਾ ਐਲਾਨ ਕਰਦਾ ਕਿ ਬਹੁਤ ਜਲਦ ਕਾਲੀ ਸੂਚੀ ਜਿਹੜੀ ਹੈ ਉਹ ਖਤਮ ਕੀਤੀ ਜਾਵੇਗੀ ਅਤੇ ਨਾਲ ਹੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਹੈ ਉਹਦੇ ਵਿੱਚ ਅਸੀਂ ਬਹੁਤ ਛੇਤੀ ਕੰਮ ਕਰਕੇ ਵਿਖਾਵਾਂਗੇ। ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਜਿਹੜੀ ਲਾਈਫ ਇੰਪਰੀਮੈਂਟ ਦੀ ਜਿਹੜੀ ਪਹਿਲਾਂ ਗੱਲ ਕੀਤੀ ਗਈ, ਉਸ ਤੋਂ ਬਾਅਦ ਉਸ ਸਜ਼ਾ ਨੂੰ ਵੀ ਤਬਦੀਲ ਕੀਤਾ ਗਿਆ ਉਮਰ ਕੈਦ ਦੇ ਵਿੱਚ, ਡੈਥ ਸੈਂਟੈਂਸ ਉਹਨਾਂ ਦੇ ਉੱਤੇ ਲੱਗਿਆ ਸੀਗਾ, ਪਰ ਉਹ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਹੁੰਦੀ ਹੈ। ਗੱਲ ਜਦ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਹੁੰਦੀ ਹੈ ਤਾਂ ਕਈ ਵਾਰ ਉਹਨਾਂ ਨੂੰ ਵੀ ਸ਼ਿਫਟ ਕਰਨ ਦੀ ਗੱਲ ਪੰਜਾਬ ਵਿਖੇ, ਯਾਨੀ ਕਿ ਬੁੜੈਲ ਜੇਲ੍ਹ ਜਿੱਥੇ ਹੋਰ 20 ਬੰਦੀ ਸਿੰਘ ਕੈਦ ਨੇ, ਜਿਨ੍ਹਾਂ ਵਿੱਚ ਜਗਤਾਰ ਸਿੰਘ ਤਾਰਾ, ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹਦੇ ਵਿੱਚ ਦਿਆਲ ਸਿੰਘ ਲਾਹੌਰੀਆ, ਜਿਹਦੇ ਵਿੱਚ ਜਗਤਾਰ ਸਿੰਘ ਟੌੜਾ ਅਤੇ ਪਰਮਜੀਤ ਸਿੰਘ ਬਹੋਰਾ ਵਰਗੇ ਭਾਈ ਮੌਜੂਦ ਹਨ ਜੋ ਕਿ ਬੁੜੈਲ ਜੇਲ੍ਹ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਬੰਦ ਹਨ। ਪਰਮਜੀਤ ਸਿੰਘ ਬਿਓਰਾ ਹੋਰਾਂ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਅਪੀਲ ਕੀਤੀ ਸੀਗੀ ਕਿ ਮੈਨੂੰ ਮੇਰੀ ਮਾਤਾ ਜੀ ਨਾਲ ਮਿਲਣਾ ਹੈ, ਔਰ ਮਾਤਾ ਜੀ ਨੇ ਵੀ ਇਹ ਉਮੀਦ ਲਗਾਈ ਸੀ ਕਿ ਭਾਈ ਪਰਮਜੀਤ ਸਿੰਘ ਬਿਓਰਾ ਉਹਨਾਂ ਨੂੰ ਮਿਲਣ ਆਉਣਗੇ। ਉਹਨਾਂ ਦੀ ਤਬੀਅਤ ਬਹੁਤ ਖਰਾਬ ਚੱਲ ਰਹੀ ਸੀਗੀ ਤਾਂ ਉਹਨਾਂ ਨੇ ਪਟੀਸ਼ਨ ਦਿੱਤੀ, ਲੇਕਿਨ ਉਹਨਾਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਗਈ, ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਦੇ ਨਾਲ ਨਹੀਂ ਮਿਲਵਾਇਆ ਗਿਆ। ਭਾਈ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ ਹੈ, ਉਹਨਾਂ ਨੇ ਕਈ ਵਾਰ ਅਪੀਲ ਕੀਤੀ ਕਿ ਮੈਂ ਦਰਦ ਦੇ ਨਾਲ ਜੂਝ ਰਿਹਾ, ਮੇਰੀ ਪਿੱਠ ਦੇ ਵਿੱਚ ਬਹੁਤ ਜ਼ਬਰਦਸਤ ਦਰਦ ਹੈ, ਬਕਾਇਦਾ ਮੈਡੀਕਲ ਉਹਨਾਂ ਦਾ ਕਰਵਾਇਆ ਗਿਆ। ਔਰ ਇਸ ਗੱਲ ਦਾ ਵੀ ਫੈਸਲਾ ਹੋਇਆ ਸਿੱਖ ਜਥੇਬੰਦੀਆਂ ਵੱਲੋਂ, ਜੋ ਕਿ ਉਹਨਾਂ ਦੀ ਕੋਰ ਕਮੇਟੀ ਟੀਮ ਦੇ ਕਈ ਸਾਰੇ ਮੈਂਬਰ ਵੀ ਹਨ, ਉਹਨਾਂ ਨਾਲ ਮੇਰੀ ਗੱਲ ਹੋਈ। ਉਹਨਾਂ ਨੇ ਕਿਹਾ ਕਿ ਕਈ ਵਾਰ ਅਸੀਂ ਅਪੀਲ ਕਰ ਚੁੱਕੇ ਹਾਂ ਲੇਕਿਨ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ। ਉਸ ਤੋਂ ਬਾਅਦ ਜਦ ਮੈਂ ਗੱਲ ਪਰਮਜੀਤ ਸਿੰਘ ਬਿਓਰਾ ਹੋਰਾਂ ਦੀ ਕਰ ਰਿਹਾ ਸੀਗਾ, ਹਾਲ ਫਿਲਹਾਲ ਦੇ ਵਿੱਚ ਉਹਨਾਂ ਦੀ ਮਾਤਾ ਜੀ ਦੀ
ਮਾਤਾ ਜੀ ਦਾ ਦਿਹਾਂਤ ਹੋਇਆ ਅਤੇ 2 ਘੰਟਿਆਂ ਦੀ ਉਹਨਾਂ ਨੂੰ ਪੇਰੋਲ ਬਕਾਇਦਾ ਤੌਰ 'ਤੇ ਮਿਲੀ ਸੀਗੀ, ਜਿੱਥੇ ਵੱਡੀ ਤਾਦਾਦ ਦੇ ਵਿੱਚ ਸਿਕਿਉਰਿਟੀ ਕ੍ਰਿਮੀਨੇਸ਼ਨ ਗਰਾਊਂਡ ਗਈ ਸੀਗੀ ਔਰ ਪਰਮਜੀਤ ਸਿੰਘ ਬਿਓਰਾ ਹੋਰਾਂ ਨੂੰ ਆਪਣੀ ਮਾਤਾ ਜੀ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਪਰ ਸਵਾਲ ਵੱਡੇ ਇੱਥੇ ਇਹ ਬਣਦੇ ਹਨ ਕਿ ਜਿੱਥੇ ਹੁਣ 20 ਦਿਨ ਦੀ ਪੇਰੋਲ ਦੇ ਉੱਤੇ ਭਾਈ ਦਿਆਲ ਸਿੰਘ ਲਾਹੌਰੀਆ ਬਾਹਰ ਆਏ ਨੇ, ਉਹਨਾਂ ਨੇ ਕੀ ਕੁਝ ਤਸ਼ੱਦਦਾਂ ਜੇਲ੍ਹ ਦੇ ਵਿੱਚ ਹੋ ਰਹੀਆਂ ਹਨ ਔਰ ਕੀ ਕੁਝ ਉਹਨਾਂ ਨੇ ਬਿਆਨ ਕੀਤਾ, ਇਸ ਬਾਰੇ ਵੀ ਅਸੀਂ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੇ। ਪਰ ਜਦ ਉਹ ਬਾਹਰ ਆਏ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਹੋਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਬਕਾਇਦਾ ਸਰੋਪਾ ਦੇ ਕੇ ਗੱਲ ਵੀ ਪੁੱਛੀ ਗਈ ਕਿ ਤੁਹਾਨੂੰ ਕੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਵੀ ਕਈ ਵਾਰ ਆਪਣੀ ਪਟੀਸ਼ਨ ਜਿਹੜੀ ਹੈ ਦੇ ਚੁੱਕੇ ਹਨ। ਇੱਕ ਕੇਸ ਉਹਨਾਂ ਦਾ ਜੈਪੁਰ ਵਿਖੇ ਔਰ ਇੱਕ ਕੇਸ ਉਹਨਾਂ ਦਾ ਪਟਿਆਲਾ ਕੋਰਟ ਵਿਖੇ ਚੱਲ ਰਿਹਾ। ਜਦ ਉਹਨਾਂ ਨੇ ਪੇਰੋਲ ਮੰਗੀ ਤਾਂ ਜੈਪੁਰ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ, ਲੇਕਿਨ ਪਟਿਆਲਾ ਕੋਰਟ ਦਿੱਲੀ ਵਿਖੇ ਉਹਨਾਂ ਦੀ ਪਟੀਸ਼ਨ ਨੂੰ ਮਨਜ਼ੂਰੀ ਨਹੀਂ ਮਿਲੀ। ਮੇਰੇ ਸਵਾਲ ਇਹ ਬਣਦੇ ਹਨ ਕਿ ਮਾਨਵ ਅਧਿਕਾਰਾਂ ਦੀ ਗੱਲ ਕਰੀਏ, ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਲੰਬੇ ਸਮੇਂ ਤੋਂ ਮੈਡੀਕਲ ਦਾ ਹਵਾਲਾ ਵੀ ਦੇ ਰਹੇ ਹਨ ਅਤੇ ਉਹਨਾਂ ਦਾ ਇਲਾਜ ਕਿਉਂ ਨਹੀਂ ਕਰਵਾਇਆ ਜਾ ਰਿਹਾ। ਉਹਨਾਂ ਦੀ ਮਾਤਾ ਜੀ ਵੀ ਕਈ ਵਾਰ ਪਰਮਿਸ਼ਨ ਲੈਣ ਦੇ ਲਈ ਕੋਰਟ ਕਚਹਿਰੀ ਦੇ ਚੱਕਰ ਕਾਟਦੇ ਹੋਏ ਨਜ਼ਰ ਆਈ, ਬਕਾਇਦਾ ਉਹਨਾਂ ਨੇ ਕਈ ਵਾਰ ਜਥੇਬੰਦੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਮਿਲਣਾ ਹੈਗਾ ਆਪਣੇ ਪੁੱਤ ਨੂੰ, ਲੇਕਿਨ ਪਟੀਸ਼ਨਾਂ ਖਾਰਿਜ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਅਸੀਂ ਕਿਸ ਦੇ ਉੱਤੇ ਭਰੋਸਾ ਕਰੀਏ? ਕਈ ਸਾਰੀ ਕਮੇਟੀਆਂ ਬਣੀਆਂ ਹਨ ਔਰ ਕਈ ਸਾਰੀ ਕਮੇਟੀਆਂ ਨੇ ਆਪਣੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਚੱਕੀ, ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਲੇਕਿਨ ਉਹ ਜਥੇਬੰਦੀਆਂ ਜੋ ਕਿ ਭਾਰਤ ਦੇ ਵਿੱਚ ਹੀ ਰਹਿ ਰਹੀਆਂ ਹਨ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਬੇ ਸਮੇਂ ਤੋਂ ਕਿਆਸ ਲਗਾ ਰਹੀਆਂ ਹਨ, ਅਤੇ ਕੀ ਅੱਜ ਉਹ ਜਥੇਬੰਦੀਆਂ ਸਰਕਾਰਾਂ ਦੇ ਅੱਗੇ ਵਿਕ ਗਈਆਂ ਹਨ? ਔਰ ਉਹ ਜਥੇਬੰਦੀਆਂ ਕੀ ਅੱਜ ਸਰਕਾਰ ਜਿਸ ਤਰੀਕੇ ਨਾਲ ਚਾਹੁੰਦੀ ਹੈ ਉਸ ਤਰੀਕੇ ਨਾਲ ਉਹੀ ਮੈਸੇਜ ਬੰਦੀ ਸਿੰਘਾਂ ਨੂੰ ਕਨਵੇ ਕਰ ਰਹੀ ਹੈ? ਅਤੇ ਕਿਉਂ ਨਹੀਂ ਮਾਨਵ ਅਧਿਕਾਰਾਂ ਦਾ ਉਲੰਘਣ ਜਦ ਹੋ ਰਿਹਾ ਅਤੇ ਉਸਦੇ ਉੱਤੇ ਕਿਉਂ ਨਹੀਂ ਕੋਈ ਸਟੈਪ ਲਿੱਤਾ ਜਾ ਰਿਹਾ? ਸਵਾਲ ਵੱਡੇ ਇਹ ਬਣਦੇ ਹਨ ਕਿ ਬਲਵੰਤ ਸਿੰਘ ਰਾਜੋਹਾਰਾ ਹੋਣਾ ਦਾ ਪਹਿਲਾਂ ਖਬਰ ਆਈ ਕਿ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ, ਫਿਰ ਖਬਰ ਆਈ ਕਿ ਬਹੁਤ ਜਲਦ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਵੀ ਰਿਹਾ ਕੀਤਾ ਜਾਵੇਗਾ। ਇਹ ਕਿਆਸ ਹੀ ਲਗਾਏ ਗਏ, ਲੇਕਿਨ ਪ੍ਰਧਾਨ ਮੰਤਰੀ ਮੋਦੀ ਆ ਕੇ ਗੱਪ ਕਿਉਂ ਮਾਰ ਗਏ? ਅਸੀਂ ਇਹ ਜ਼ਰੂਰ ਕਹਿ ਰਹੇ ਹਾਂ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਕਿ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗਾ, ਲੇਕਿਨ ਜਦ ਸੂਤਰਿਆਂ ਦੇ ਹਵਾਲੇ ਤੋਂ ਖਬਰ ਆਈ, ਜਦ ਉਹਨਾਂ ਨੇ ਬਕਾਇਦਾ ਡੈਲੀਗੇਸ਼ਨ ਨੂੰ ਇਹ ਗੱਲ ਕਹੀ, ਉਹ ਵੀਡੀਓ ਦੇ ਵਿੱਚ ਕੈਦ ਵੀ ਹੋਈ ਗੱਲ ਕਿ ਮੈਂ ਬਹੁਤ ਵੱਡਾ ਸਟੈਪ ਲੈਣ ਜਾ ਰਿਹਾ, ਲੇਕਿਨ ਇਸ ਗੱਲ ਦਾ ਅਗਰ ਕਿਸੇ ਨੇ ਸਪਸ਼ਟੀਕਰਨ ਦਿੱਤਾ ਤਾਂ ਉਹ ਮਿਸਟਰ ਚੱਕਰਵਰਤੀ, ਜੋ ਕਿ ਇੰਡੀਅਨ ਅੰਬੈਸੀ ਇੰਡੀਅਨ ਕੌਂਸਲੇਟ ਨਿਊਯਾਰਕ ਵਿਖੇ ਅੰਬੈਸਡਰ ਹਨ, ਉਹਨਾਂ ਨੇ ਬਕਾਇਦਾ ਇੰਟਰਵਿਊ ਦੇ ਵਿੱਚ ਸਾਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀਗੀ ਕਿ ਬਹੁਤ ਜਲਦ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ। ਤਾਂ ਫਿਰ ਕੇਂਦਰ ਸਰਕਾਰ ਵੱਲੋਂ, ਬੀਜੇਪੀ ਵੱਲੋਂ ਯੂ ਟਰਨ ਕਿਉਂ ਲਿੱਤਾ ਗਿਆ? ਮਨਜੀਤ ਸਿੰਘ ਜੀਕੇ ਹੋਰਾਂ ਨੇ ਭਾਈ ਲਾਹੌਰੀਆ ਨੂੰ ਸਰੋਪਾ ਦਾ ਜ਼ਰੂਰ ਪਵਾਇਆ, ਲੇਕਿਨ ਸਵਾਲ ਅੱਜ ਮੇਰੇ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਹੋਰਾਂ ਨੂੰ ਵੀ ਰਹਿਣਗੇ। ਪਹਿਲਾਂ ਮੈਂ ਉਹ ਵੀਡੀਓ ਵੇਖ ਲੈਣਾ ਜਿਹੜੀ ਵੀਡੀਓ ਦਿੱਲੀ ਤੋਂ ਮਨਜੀਤ ਸਿੰਘ ਜੀਕੇ ਹੋਰਾਂ ਦੀ ਸਾਹਮਣੇ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀਆਂ ਆਖਦਾ ਲਾਹੌਰੀਆ ਸਾਹਿਬ ਨੂੰ। ਮੈਂ ਸਮਝਦਾ ਕਿ ਪੰਥ ਪਿੱਛੇ ਜੋ ਕੁਰਬਾਨੀ ਔਰ ਸਾਰਾ ਜੀਵਨ ਇਹਨਾਂ ਨੇ ਲਗਾ ਦਿੱਤਾ, ਕਿੱਥੇ ਅਮਰੀਕਾ ਤੋਂ ਗ੍ਰਿਫਤਾਰ ਹੋਏ 1995 ਔਰ 24 ਸਾਲਾਂ ਬਾਅਦ ਅੱਜ ਪਹਿਲੀ ਦਫ਼ਾ ਇਹਨਾਂ ਨੇ ਬਾਹਰ ਆਜ਼ਾਦ ਹਵਾ ਦੇ ਵਿੱਚ ਸਾਹ ਲਿਆ ਔਰ 20 ਦਿਨ ਦੀ ਪੈਰੋਲ ਦੇ ਉੱਤੇ ਇਹ ਆਏ ਨੇ। ਔਰ ਮੈਂ ਸਮਝਦਾ ਕਿ ਇਹਨਾਂ ਵਾਸਤੇ ਜੇ ਕੇਸ ਲੜਨਾ ਪਿਆ ਹੋਵੇ, ਭਾਵੇਂ ਉਹ ਜੈਪੁਰ ਦੀ ਕੋਰਟ 'ਚ ਹੋਵੇ ਜਿੱਥੇ ਇਹਨਾਂ ਦੇ ਉੱਤੇ ਕਈ ਮੁਕੱਦਮੇ ਚੱਲ ਰਹੇ ਸਨ,
ਉੱਥੋਂ ਪੈਰੋਲ ਮਿਲਦੀ ਹੈ ਲੇਕਿਨ ਨਹੀਂ ਫਾਇਦਾ ਚੁੱਕ ਸਕੇ ਕਿਉਂਕਿ ਪਟਿਆਲਾ ਹਾਊਸ ਕੋਰਟ 'ਚ ਕੇਸ ਚੱਲਦਾ ਸੀਗਾ। ਉਹਦੇ ਬਾਅਦ ਜਿਸ ਤਰੀਕੇ ਨਾਲ ਜੇਲ੍ਹ 'ਚ ਹਮਲਾ ਹੋਇਆ, ਭਾਵੇਂ ਅਸੀਂ ਹਾਈ ਕੋਰਟ ਗਏ ਹੋਈਏ, ਭਾਵੇਂ ਅਸੀਂ ਜਾ ਕੇ ਹਿਊਮਨ ਰਾਈਟਸ 'ਤੇ ਲੜੇ ਹੋਈਏ, ਉਹ ਲੜਾਈ ਕੀਤੀ, ਉਹਦੇ 'ਚ ਸਕਸੈਸ ਹੋਈ ਕਿ 5200 CCTV ਕੈਮਰੇ ਜੇਲ੍ਹਾਂ 'ਚ ਲਵਾਏ ਇਹਨਾਂ ਕਰਕੇ ਜਦੋਂ ਇਹਨਾਂ 'ਤੇ ਹਮਲਾ ਹੋਇਆ। ਔਰ ਜਦੋਂ ਇਹਨਾਂ ਨੂੰ ਗੋਡਿਆਂ ਦੀ ਤਕਲੀਫ ਸੀਗੀ, ਜੇਲ੍ਹ 'ਚ ਤੰਗ ਕਰਦੇ ਸੀਗੇ, ਇੱਕ ਛੋਟੀ ਜਿਹੀ ਚੀਜ਼ ਇਲੈਕਟ੍ਰਿਕ ਕੈਟਲ ਨਹੀਂ ਮਿਲਦੀ ਸੀ, ਉਹਦੇ ਵਾਸਤੇ ਵੀ ਕੋਰਟ ਦਾ ਰੁੱਖ ਕਰਨਾ ਪਿਆ ਔਰ ਉਹ ਵੀ ਇਹਨਾਂ ਨੂੰ ਮਿਲੀ। ਮੈਂ ਸਮਝਦਾ ਵਾਂ ਕਿ ਹੌਲੀ ਹੌਲੀ ਜਿਹੜੇ ਸਿੰਘਾਂ ਨੇ ਜ਼ਿੰਦਗੀਆਂ ਆਪਣੀਆਂ ਗਾਲ ਦਿੱਤੀਆਂ, ਮੈਂ ਸਮਝਦਾ ਕਿ ਕੌਮ ਹਮੇਸ਼ਾ ਇਹਨਾਂ ਨੂੰ ਯਾਦ ਰੱਖੇ। ਔਰ ਮੈਂ ਕਹਾਂਗਾ ਜਿਉਂਦੇ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਵਾਸਤੇ ਕੁਛ ਕੀਤਾ ਹੋਵੇ, ਮੈਂ ਵੈਲਕਮ ਕਰਦਾ ਵਾਂ। ਔਰ ਮੈਨੂੰ ਇਹ ਲੱਗਦਾ ਕਿ ਜਿਵੇਂ ਹੁਣ ਪੈਰੋਲ ਮਿਲੀ ਹੈ, ਅੱਗੋਂ ਵੀ ਰਾਹ ਖੁੱਲ੍ਹੇਗਾ ਇਹਨਾਂ ਦਾ। ਇਹ ਆਪਣੇ ਜੀਵਨ ਦੇ ਵਿੱਚ ਮੇਰਾ ਖਿਆਲ ਹੈ ਪੰਥ ਦੀ ਚੜ੍ਹਦੀ ਕਲਾ ਨਾਲ ਇਸੇ ਤਰੀਕੇ ਨਾਲ ਸਾਰੀ ਜ਼ਿੰਦਗੀ ਲਾਤੀ, ਰਹਿੰਦੀ ਉਮਰ ਵੀ ਇਸੇ ਪਾਸੇ ਲਾਉਣਗੇ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਸਿਹਤ ਬਖਸ਼ਣ ਔਰ ਛੇਤੀ ਇਹਨਾਂ ਦੀ ਰਿਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਅਤੇ ਭਾਈ ਦਇਆ ਸਿੰਘ ਲਾਹੌਰੀਆ ਤਾਂ 20 ਦਿਨ ਦੀ ਪੈਰੋਲ ਤੋਂ ਬਾਹਰ ਨੇ ਔਰ ਹੁਣ 20 ਦਿਨ ਉਹ ਰਹਿਣਗੇ। ਗੱਲ ਇੱਥੇ ਸਵਾਲ ਸਿਰਫ ਮੇਰਾ ਅੱਜ ਇਸ ਮੰਚ ਦੇ ਉੱਤੇ ਬਣਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਜਿਹੜੀ ਹੈਗੀ ਹੈ ਉਹ ਕੇਂਦਰ ਸਰਕਾਰ ਵੱਲੋਂ ਕਿਉਂ ਪਹਿਲਾਂ ਕਿਹਾ ਗਿਆ ਕਿ ਰਿਹਾਈ ਅਸੀਂ ਕਰਾਂਗੇ, ਲੇਕਿਨ ਕੀ ਮਾਹੌਲ ਬਣ ਗਿਆ ਕਿ ਹੁਣ ਉਹ ਯੂ ਟਰਨ ਲੈ ਗਏ। ਉਹਨਾਂ ਨੇ ਰਿਹਾਈ ਦੀ ਗੱਲ ਨੂੰ ਕਹਿਤਾ ਕਿ ਅਸੀਂ ਕੋਈ ਵੀ ਵਾਅਦਾ ਜਿਹੜਾ ਹੈਗਾ ਨਹੀਂ ਕੀਤਾ। ਸਵਾਲ ਮਨਜੀਤ ਸਿੰਘ ਜੀ ਕੇ ਹੋਰਾਂ ਤੋਂ ਵੀ ਹੋਵੇਗਾ, ਲੇਕਿਨ ਕਿਹੜੀ ਜਥੇਬੰਦੀਆਂ ਭਾਈ ਦਇਆ ਸਿੰਘ ਲਾਹੌਰੀਆ ਨੂੰ ਲੈ ਕੇ ਵੀ ਅਮੈਰੀਕਾ ਦੀ ਧਰਤੀ ਦੇ ਉੱਤੇ ਲੰਬੇ ਸਮੇਂ ਤੋਂ ਜੱਦੋ ਜਹਿਦ ਕਰ ਰਹੀਆਂ ਸਨ, ਉਹਨਾਂ ਨੂੰ ਵੀ ਅਸੀਂ ਜੋੜਾਂਗੇ। ਔਰ ਜਿਹੜੇ ਹੋਰ ਵੀ ਬੰਦੀ ਸਿੰਘ ਹਾਲ ਫਿਲਹਾਲ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਹਨ, ਜਿਨ੍ਹਾਂ ਦੇ ਵਿੱਚ ਪਰਮਜੀਤ ਸਿੰਘ ਪਿਓਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਟੌੜਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ, ਇਹਨਾਂ ਨੂੰ ਲੈ ਕੇ ਕੀ ਕੁਝ ਸਪਸ਼ਟੀਕਰਨ ਅੱਜ ਸਾਨੂੰ ਮਿਲਣਗੇ, ਇਸ ਗੱਲ ਦੇ ਉੱਤੇ ਅਸੀਂ ਵਿਚਾਰ ਕਰਾਂਗੇ। ਸਵਾਲ ਸਿੱਧਾ ਇਹ ਹੈਗਾ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਵੱਲੋਂ ਕਿਹੜੀ ਗੱਪ ਔਰ ਕਿਉਂ ਕੀਤੀ ਗਈ ਇਹਨਾਂ ਦੇ ਰਿਹਾਈ ਠੱਪ। ਬ੍ਰੇਕ ਤੋਂ ਸਪਾਰ, ਇਹੀ ਅੱਜ ਦਾ ਮੁੱਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਗੱਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ। ਭਾਈ ਦਇਆ ਸਿੰਘ ਲਾਹੌਰੀਆ ਜਿਹੜੇ ਨੇ ਉਹ ਹਾਲ ਫਿਲਹਾਲ ਦੇ ਵਿੱਚ ਪੈਰੋਲ 'ਤੇ ਬਾਹਰ ਨੇ, 20 ਦਿਨਾਂ ਦੀ ਉਹਨਾਂ ਨੂੰ ਪੈਰੋਲ ਮਿਲੀ ਹੈ। ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਉਹ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਦੇ ਉੱਤੇ। ਅਤੇ ਸਵਾਲ ਸਭ ਤੋਂ ਪਹਿਲਾਂ ਮਨਜੀਤ ਸਿੰਘ ਜੀ ਕੇ ਜੀ, ਤੁਹਾਨੂੰ ਇਹੀ ਬਣਦਾ ਹੈ, ਕਿੰਨੀ ਕੁ ਮਾਣ ਵਾਲੀ ਗੱਲ ਹੈ ਸਿੱਖ ਕੌਮ ਦੇ ਲਈ ਕਿ ਭਾਈ ਦਇਆ ਸਿੰਘ ਲਾਹੌਰੀਆ ਲੰਬੀ ਜੱਦੋ ਜਹਿਦ ਤੋਂ ਬਾਅਦ ਉਹਨਾਂ ਨੂੰ ਪੈਰੋਲ ਮਿਲੀ ਹੈ? ਅਤੇ ਨਾਲ ਮੈਂ ਇਹ ਵੀ ਸਵਾਲ ਤੁਹਾਡੇ ਤੋਂ ਜ਼ਰੂਰ ਚੱਕਣਾ ਚਾਹਾਂਗਾ ਕਿ 2008 ਦੇ ਵਿੱਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ, ਅਤੇ ਅਸੀਂ ਵੇਖਿਆ ਉਸ ਤੋਂ ਬਾਅਦ ਕਈ ਸਾਰੇ ਮੁੱਦਿਆਂ ਦੇ ਉੱਤੇ ਰਫ਼ਤਾਰ ਜਿਹੜੀ ਹੈ ਉਹ ਫੜੀ ਗਈ, ਲੇਕਿਨ ਹੁਣ ਇਹ ਜਿਹੜੀ ਰਫ਼ਤਾਰ ਹੈਗੀ ਆ ਹਾਲ ਫਿਲਹਾਲ ਦੇ ਵਿੱਚ ਕਿੱਥੇ ਪਹੁੰਚੀ ਹੈ ਔਰ ਇਸ ਰਫ਼ਤਾਰ ਦੇ ਵਿੱਚ ਕੀ ਸਾਨੂੰ ਉਹੀ ਤੇਜ਼ੀ ਵੇਖਣ ਨੂੰ ਮਿਲੇਗੀ ਕਿ ਫਿਰ BJP ਆਪਣੇ ਆਈਡੀਓਲੋਜੀ ਦੇ ਹਿਸਾਬ ਨਾਲ ਗੱਲ ਕਰੇਗੀ? ਜੀ ਕੇ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਤੱਕ ਦਇਆ ਸਿੰਘ ਲਾਹੌਰੀਆ ਜੀ ਦੀ ਗੱਲ ਹੈਗੀ ਹੈ ਕਿ ਇਹਨਾਂ ਦੇ ਕੇਸ ਤਕਰੀਬਨ ਸਾਰੇ ਮੈਂ ਲੜੇਗਾ ਜੀ। ਇਹਨਾਂ ਨੂੰ ਪਹਿਲੇ ਅਸੀਂ ਇਹਨਾਂ ਨੂੰ ਉਮਰ ਕੈਦ ਹੋਈ ਹੈ ਜੈਪੁਰ ਦੀ ਅਦਾਲਤ ਤੋਂ ਜੀ, ਉਹ ਕੇਸ ਮੈਂ ਉੱਥੇ ਲੜਿਆ ਸੀਗਾ। ਦਿੱਲੀ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ ਅਸੀਂ ਇਹਨੂੰ ਪਿਕਅਪ ਕੀਤਾ ਸੀਗਾ ਔਰ ਇਹਨਾਂ ਨੂੰ ਉੱਥੇ ਪੈਰੋਲ ਮਿਲ ਗਈ ਸੀਗੀ ਜੀ, ਕਿਉਂਕਿ ਇਹ ਦਿੱਲੀ ਜੇਲ੍ਹ 'ਚ ਸੀਗੇ। ਦਿੱਲੀ ਪਟਿਆਲਾ ਹਾਊਸ 'ਚ ਕੇਸ ਹੈਗਾ ਸੀਗਾ, ਉਸ 'ਚ ਕਰਕੇ ਇਹਨਾਂ ਦੀ ਪੈਰੋਲ ਲੈਪਸ ਹੋ ਗਈ, ਇਹਨਾਂ ਨੂੰ ਨਹੀਂ ਮਿਲੀ। ਲੇਕਿਨ ਮੈਂ ਸਮਝਦਾ ਵਾਂ ਕਿ ਉਸੇ ਕੇਸ ਨੂੰ ਅਸੀਂ ਦਿੱਲੀ 'ਚ ਫੇਰ ਚੁੱਕੇ ਹਾਂ ਔਰ ਦਿੱਲੀ ਦੇ ਵਿੱਚ ਹੁਣ ਜਾ ਕੇ ਅਸੀਂ ਕਾਮਯਾਬ ਹੋਏ ਹਾਂ ਇਹਨਾਂ ਨੂੰ ਪੈਰੋਲ ਲੈਣ ਦੇ ਵਿੱਚ ਜੀ। ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਜੇਲ੍ਹ ਦੇ ਅੰਦਰ, ਜਿਹੜੀ ਤਮਿਲਨਾਡੂ ਦੀ ਫੋਰਸ ਸੀਗੀ ਉਹਨਾਂ ਵੱਲੋਂ ਇਹਨਾਂ ਤੇ ਤਸ਼ੱਦਤ ਔਰ ਹੋਰ ਬੰਦੀ ਸਿੰਘਾਂ ਤੇ ਤਸ਼ੱਦਤ ਹੋਇਆ ਸੀਗਾ। ਉਹ ਕੇਸ ਵੀ ਅਸੀਂ ਹਾਈ ਕੋਰਟ 'ਚ ਜਾ ਕੇ ਲੜੇ ਹਾਂ
ਔਰ ਉਹਦੇ ਵਿੱਚ 5200 CCTV ਕੈਮਰੇ ਲਗਵਾਉਣ ਦਾ ਆਰਡਰ ਕੀਤਾ ਗਿਆ ਔਰ ਜਿਹੜੇ ਦੋਸ਼ੀ ਸੀ ਉਹਨਾਂ ਤੇ ਇਨਕੁਆਇਰੀ ਦਾ ਆਰਡਰ ਕੀਤਾ ਗਿਆ। ਠੀਕ ਹੈ। ਫਿਰ ਇਹਨਾਂ ਦੇ ਗੋਡਿਆਂ 'ਚ ਤਕਲੀਫ ਸੀਗੀ ਔਰ ਗੋਡਿਆਂ 'ਚ ਤਕਲੀਫ ਕਰਕੇ ਇਹ ਥੱਲੇ ਨਹੀਂ ਬਹਿ ਸਕਦੇ ਸੀਗੇ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਕੈਟਲ ਅਲਾਊਡ ਨਹੀਂ ਹੁੰਦੀ, ਜਿਹੜੀ ਉਹ ਬੜੇ ਰੇਅਰ ਆਫ ਦੀ ਰੇਅਰ ਕੇਸ ਹੁੰਦੀ ਹੈ। ਉਹਦੇ ਲਈ ਅਸੀਂ ਹਿਊਮਨ ਰਾਈਟ ਕਮਿਸ਼ਨ ਕੋਲ ਗਏ ਅਸੀਂ ਔਰ ਉੱਥੇ ਜਾ ਕੇ ਇਹਨਾਂ ਨੂੰ ਅਸੀਂ ਕਾਮਯਾਬ ਹੋਏ ਉਹਨੂੰ ਦਵਾਉਣ ਵਾਸਤੇ। ਇਸੇ ਤਰੀਕੇ ਹੀ ਜਿੱਦਾਂ ਲਾਹੌਰੀਆ ਸਾਹਿਬ ਦੀ ਹੈ, ਤੁਸੀਂ ਦੇਖੋ ਕਿ ਅੱਜ 24 ਸਾਲਾਂ ਬਾਅਦ ਅਮਰੀਕਾ ਤੋਂ ਫੜੇ ਗਏ ਸੀ, 17 ਮਹੀਨੇ ਅਮਰੀਕਾ 'ਚ ਬੰਦ ਰਹੇ ਸੀ, ਫਿਰ ਐਕਸਟ੍ਰੈਡੀਸ਼ਨ ਹੋਈ ਸੀ, ਉਦੋਂ ਤੋਂ ਦਿੱਲੀ ਇੰਡੀਆ ਦੀ ਜੇਲ੍ਹਾਂ 'ਚ ਹੈਗੇ ਨੇ ਔਰ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਹੈ ਜਿਹੜੇ ਟਾਡਾ ਦੇ ਕੈਦੀ ਨੇ ਉਹਨਾਂ ਨੂੰ ਜਿਹੜੀ ਹੈ ਈਵਨ 20 ਸਾਲ 22 ਸਾਲ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾਂਦਾ, ਪੈਰੋਲ ਵੀ ਨਹੀਂ ਦਿੱਤੀ ਜਾਂਦੀ, ਪਰ ਅਸੀਂ ਕਾਮਯਾਬ ਹੋਏ ਹਾਂ। ਔਰ ਤੁਸੀਂ ਇੱਕ ਸਵਾਲ ਕੀਤਾ ਹੈ ਕਿ 2008 ਤੋਂ ਪਹਿਲੇ ਕੀ ਹੋਇਆ, ਮੈਂ ਸਮਝਦਾ 2008 ਤੋਂ ਪਹਿਲੇ ਜਿਹੜੀ ਸਾਡੀ ਲੀਡਰਸ਼ਿਪ ਸੀਗੀ ਉਹ ਲੀਡਰਸ਼ਿਪ ਜਿਹੜੀ ਸੀਗੀ ਕਈਆਂ ਦੀ ਤੇ ਸਾਂਠ ਗਾਂਠ ਹੈਗੀ ਸੀਗੀ ਸਾਡੇ ਕਾਤਲਾਂ ਦੇ ਨਾਲ ਜਿਹੜੇ ਅਕਾਲੀ ਦਲ ਨੂੰ ਹੈਡ ਕਰ ਰਹੇ ਸੀ, ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਇਲਜ਼ਾਮ ਵੀ ਲੱਗੇ ਉਹਨਾਂ ਤੇ, ਉਹਨਾਂ ਨੇ ਕਾਤਲਾਂ ਤੋਂ ਪੈਸੇ ਲੈ ਕੇ ਗਵਾਹ ਮੁਕਰਾਉਣ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਮੈਂ 2008 ਤੋਂ ਪਹਿਲੇ ਵੀ ਲੜਾਈ ਲੜ ਰਿਹਾ ਸੀ, ਪਰ 2008 ਤੋਂ ਬਾਅਦ ਇਸ ਲੜਾਈ ਨੂੰ ਐਸੇ ਤਰੀਕੇ ਨਾਲ ਲੜਿਆ ਗਿਆ, ਕਦੀ ਕੋਈ ਸੁਪਨਾ ਨਹੀਂ ਲੈ ਸਕਦਾ ਮੇਰੇ ਕੋਲ। ਮੈਂ ਇਸ ਵੇਲੇ ਡਿਟੇਲ ਕੀ ਦੇਵਾਂ ਤੁਹਾਨੂੰ ਕਿ ਸੱਜਣ ਕੁਮਾਰ ਕਿੱਦਾਂ ਅੰਦਰ ਗਿਆ, ਸਜ਼ਾਏ ਮੌਤ ਕਿੱਦਾਂ ਹੋਣੀਆਂ ਸ਼ੁਰੂ ਹੋ ਗਈਆਂ, BJP ਤੋਂ SIP ਕਿੱਦਾਂ ਅਸੀਂ ਬਣਵਾ ਲਈ ਔਰ 100-100 ਬੰਦਾ ਅੰਦਰ ਜੇਲ੍ਹਾਂ 'ਚ ਗਿਆ, ਉਮਰ ਕੈਦ ਹੋਈ ਹੈ। ਮੈਂ ਸਮਝਦਾ ਤੁਸੀਂ ਮੈਨੂੰ ਇੱਕ ਸਵਾਲ ਕੀਤਾ ਕਿ BJP ਦੀ ਤੁਸੀਂ ਕੋਈ ਮੈਂਟੈਲਿਟੀ ਦੀ ਗੱਲ ਕੀਤੀ, ਇਸ ਗੱਲੇ ਨੋਟ ਕਰ ਲਓ, ਆਪਾਂ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਈਏ BJP ਨੂੰ, ਜੋ ਕੁਛ ਹੋ ਰਿਹਾ ਉਹ ਸਾਰਾ BJP ਦੀ ਗਵਰਨਮੈਂਟ ਦੇ ਵਿੱਚ ਅਸੀਂ ਕਰਵਾਇਆ ਔਰ ਇਹ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀ ਉਹਦਾ ਮਾਈਂਡਸੈਟ ਸੀਗਾ ਕਿਸੇ ਤਰੀਕੇ 84 ਨੂੰ ਹੱਥ ਨਹੀਂ ਪੈਣ ਦੇਣਾ। ਠੀਕ ਹੈ, ਲੇਕਿਨ ਇਹ BJP ਠੀਕ ਹੈ ਜਗਤਾਰ ਸਿੰਘ ਹਵਾਰਾ ਕਾਫੀ ਲੰਬੇ ਸਮੇਂ ਤੋਂ ਪਿੱਠ ਦੀ ਦਰਦ ਦੇ ਨਾਲ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਤੇ ਉਹਦੇ ਨਾਲ ਹੀ ਜਦ ਗੱਲ ਇੱਥੇ ਪਰਮਜੀਤ ਸਿੰਘ ਬਿਓਰਾ ਹੋਰਾਂ ਦੀ ਹੋਈ ਤੇ ਉਹਨਾਂ ਦੀ ਮਾਤਾ ਜੀ ਨੇ ਬਕਾਇਦਾ ਅਪੀਲ ਕੀਤੀ ਸੀਗੀ ਕਿ ਮੈਂ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਹਾਂ, ਤਾਂ ਉਹਨਾਂ ਨੂੰ ਪੇਰੋਲ ਨਹੀਂ ਜਿਹੜੀ ਹੈ ਨਹੀਂ ਦਿੱਤੀ ਗਈ। ਇਹਨੂੰ ਲੈ ਕੇ ਜਿਹੜੀ ਹੈਗੀ ਹੈ ਤੁਸੀਂ ਕੀ ਕੁਝ ਉੱਥੇ ਕੰਮ ਕਰ ਰਹੇ ਹੋ? ਅਸੀਂ ਅਸੀਂ ਹਵਾਰਾ ਸਾਹਿਬ ਦਾ ਕੇਸ ਵੀ ਲੜਿਆ, ਸਿਰੋਹਾ ਸਾਹਿਬ ਵਾਸਤੇ ਵੀ ਗਏ ਹਾਂ ਔਰ ਉਹਦੇ 'ਚ ਕਾਫੀ ਸਕਸੈਸ ਵੀ ਮਿਲੀ ਹੈ ਉਹਨਾਂ ਦੇ ਇਲਾਜ ਦੇ ਵਿੱਚ, ਕਿਉਂਕਿ ਉਹਨਾਂ ਦੀ ਬੈਕ ਦੇ ਵਿੱਚ ਪ੍ਰੋਬਲਮ ਸੀਗੀ ਔਰ ਇਸ ਤੋਂ ਇਲਾਵਾ ਭੁੱਲਰ ਸਾਹਿਬ ਦੀ ਅਗਰ ਫਾਂਸੀ ਮਾਫ਼ ਹੋਈ ਹੈ ਉਸਨੂੰ ਕਦੇ ਕਲੀ ਕੀਤਾ ਜਾਵੇ, ਇੱਕ ਪੁਰਾਣਾ ਕੇਸ ਜਿਹਦੇ ਵਿੱਚ ਕੁੱਕੀ ਗਿੱਲ ਜਿਹਨਾਂ ਨੂੰ ਅਮੈਰੀਕਾ ਤੋਂ ਫੜ ਕੇ ਲਿਆਏ ਸੀਗੇ, ਉਹ ਹੈਗੇ ਸੀਗੇ ਮਾਖਣ ਦੇ, ਅਜੇ ਮਾਖਣ ਮਰਡਰ ਕੇਸ ਦੇ ਵਿੱਚ, ਉਹਨਾਂ ਦੀ ਰਿਹਾਈ ਕਿੱਦਾਂ ਹੋਈ ਹੈ, ਉਹ ਲੜਾਈ ਕਿੱਦਾਂ ਲੜੀ, ਉਦੋਂ ਤਾਂ ਮੈਂ ਅਕਾਲੀ ਦਲ ਦਾ ਪ੍ਰਧਾਨ ਵੀ ਨਹੀਂ ਬਣਿਆ ਸੀਗਾ। ਮੈਂ ਸਮਝਦਾ ਵਾਂ ਕਿ ਬੜੀ ਲੰਬੀ ਔਰ ਡੈਡੀਕੇਟਡ ਲੜਾਈ ਅਸੀਂ ਲੜੀ ਹੈ ਔਰ ਭਾਵੇਂ ਮੈਂ ਅਹੁਦੇ ਤੇ ਰਵਾਂ ਤੇ ਭਾਵੇਂ ਨਾ ਰਵਾਂ, ਤੁਸੀਂ ਅੱਜ ਸਾਹਿਬ ਵਰਿਆਮ ਸਿੰਘ ਜੇਲ੍ਹ 'ਚੋਂ ਰਿਹਾਅ ਹੋਏ ਨੇ ਜਾਂ ਤੁਸੀਂ, ਮੈਂ ਸਮਝਦਾ ਕਿ ਜਿਤਨੇ ਵੀ ਕੈਦੀ ਅੱਜ ਜੇਲ੍ਹਾਂ 'ਚ ਬੈਠੇ ਨੇ, ਭਾਵੇਂ ਉਹ ਪੱਪ ਸਾਹਿਬ ਨੇ ਜਿਹੜੇ ਜੈਪੁਰ ਦੀ ਜੇਲ੍ਹ 'ਚ ਬੈਠੇ ਨੇ, ਉਹਨਾਂ ਨੂੰ ਪੁੱਛੋ, ਉਹਦੇ ਬਾਅਦ ਜੇਲ੍ਹ 'ਚ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਕਈ ਇਹਨਾਂ ਦੀਆਂ ਡਿਮਾਂਡ ਹੁੰਦੀਆਂ ਨੇ, ਉਹ ਕਿੱਦਾਂ ਪੂਰੀਆਂ ਹੁੰਦੀਆਂ ਜਾਂ ਕਿੱਦਾਂ ਅਸੀਂ ਪੂਰੀਆਂ ਕਰਦੇ ਹਾਂ। ਨਾ ਅਸੀਂ ਕਦੀ ਕਾਂਗਰਸ ਸਰਕਾਰ ਤੋਂ ਡਰੇ, ਨਾ BJP ਸਰਕਾਰ ਤੋਂ ਡਰੇ ਔਰ ਮੈਂ ਸਮਝਦਾ ਕਿ ਅਸੀਂ BJP ਦੀ ਸਰਕਾਰ ਕੋਲੋਂ ਬਲੈਕਲਿਸਟ ਮਾਫ਼ ਕਰਾਉਣ ਦੇ ਵਿੱਚ, ਜਾਂ ਜਿੱਦਾਂ ਬਾਹਰ ਤੁਸੀਂ ਬੈਠੇ ਹੋ, ਉਹ ਹਜ਼ਾਰਾਂ ਸਿੱਖਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਂਦੇ ਸੀ ਭਾਵੇਂ ਉਹ ਯੂਰਪ, ਅਮੈਰੀਕਾ, ਕੈਨੇਡਾ 'ਚ ਹੋਣ, ਅੱਜ ਉਹ ਵੀਜ਼ੇ ਮਿਲਣੇ ਸ਼ੁਰੂ ਹੋ ਗਏ। ਹੁਣ ਇਹ ਲੇਟੈਸਟ ਐਗਜ਼ੈਂਪਲ ਹੈ ਕਿ ਰਿਪੂ ਦਮਨ ਸਿੰਘ ਮਲਿਕ ਸਾਹਿਬ ਜਿਹੜੇ ਕਨਿਸ਼ਕਾ ਹਵਾਈ ਜਹਾਜ਼ ਦੇ ਉਹਦੇ ਵਿੱਚ ਜਿਹਨਾਂ ਨੂੰ ਅਕਿਊਜ਼ ਰੱਖਿਆ ਸੀਗਾ ਕੈਨੇਡਾ 'ਚ, ਉਹ ਫਿਰ ਬਰੀ ਹੋਏ ਸੀਗੇ, ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ ਸੀ, ਉਹ ਹਿੰਦੁਸਤਾਨ ਹੋ ਕੇ ਵਾਪਸ ਗਏ ਨੇ, ਦਰਬਾਰ ਸਾਹਿਬ ਉਹਨਾਂ ਦੇ ਮਨ 'ਚ ਸੀ ਕਿਉਂਕਿ ਮੈਂ ਕੈਨੇਡਾ ਗਿਆ ਤੇ ਮੈਨੂੰ ਉਹਨਾਂ ਨੇ ਆਖਿਆ ਮੇਰੀ ਆਖਰੀ ਖਾਹਿਸ਼ ਹੈ ਕਿ ਮੈਂ ਦਰਬਾਰ ਸਾਹਿਬ ਇੱਕ ਵਾਰੀ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਵਾਂ। ਉਹ ਇੱਥੋਂ ਦੀ ਇੱਕ ਮਹੀਨਾ ਲਗਾ ਕੇ ਹੁਣ ਪਿਛਲੇ ਮਹੀਨੇ ਵਾਪਸ ਗਏ ਨੇ। ਮੈਂ ਸਮਝਦਾ ਅਸੀਂ ਕਾਫੀ ਚੀਜ਼ਾਂ ਰਿਲੈਕਸ ਕਰਾਉਣ ਦੇ ਵਿੱਚ ਇਸ ਸਰਕਾਰ ਕੋਲੋਂ, ਮੋਦੀ ਸਰਕਾਰ ਕੋਲੋਂ ਕਾਮਯਾਬ। ਤੇ ਫਿਰ JK ਮਾਨਵ ਉਲੰਘਣਾ ਕਿਉਂ ਹੁੰਦੀ ਹੈ? ਫਿਰ ਹਿਊਮਨ ਰਾਈਟਸ ਦੀ ਗੱਲ ਬਹੁਤ ਵਾਰੀ ਸਾਹਮਣੇ ਆਉਂਦੀ ਹੈ ਔਰ ਖਾਸ ਤੌਰ ਦੇ ਉੱਤੇ ਬੰਦੀ ਸਿੰਘਾਂ ਨੂੰ ਲੈ ਕੇ, ਉਹਦੇ ਲਈ ਤੁਸੀਂ ਕੀ ਕੁਝ ਜਿਹੜੇ ਸਟੈਪਸ ਨੇ ਉਹ ਚੱਕੋਗੇ ਆਉਣ ਵਾਲੇ ਸਮੇਂ ਦੇ ਵਿੱਚ? ਅਸੀਂ ਕੋਈ ਐਸੀ ਚੀਜ਼ ਜਿਹੜੀ ਸਾਡੀ ਨੋਟਿਸ 'ਚ ਆਉਂਦੀ ਹੈ, ਅਸੀਂ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਵੀ ਕਰਾਉਂਦੇ ਹਾਂ।
ਆਪਣੇ ਜਿਹੜੇ ਬੰਦੀ ਸਿੰਘ ਨੇ ਉਹਨੂੰ ਰਿਲੀਫ ਵੀ ਦਿਵਾਉਂਦੇ ਹਾਂ, ਉਹ ਭਾਵੇਂ ਹਾਈ ਕੋਰਟ ਤੱਕ ਜਾਈਏ, ਸੁਪਰੀਮ ਕੋਰਟ ਤੱਕ ਜਾਈਏ, ਹਿਊਮਨ ਰਾਈਟਸ ਇੱਥੇ ਜਿਹੜੀ ਸਾਡੇ ਹੈਗਾ ਬਣੀ ਹੋਈ ਉਹਦੇ ਵਿੱਚ ਜਾ ਕੇ ਅਸੀਂ ਰਿਲੀਫ ਲੈ ਕੇ ਆਈਏ, ਇਹ ਸਾਰੀਆਂ ਰਿਲੀਫਸ ਅਸੀਂ ਲੈਂਦੇ ਹਾਂ। ਸੋ ਮੈਂ ਇਹ ਸਮਝਦਾ ਵਾਂ, ਕਿ ਗੁਰੂ ਮਹਾਰਾਜ ਮੇਰ ਰੱਖੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਕਈ ਖਬਰਾਂ ਮਿਲਣਗੀਆਂ ਕਿ ਜਿਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ, ਕਿਉਂਕਿ ਇਹ ਲੜਾਈ ਜਿਹੜੀ ਹੈ ਨਾ ਇਹ ਇਸ ਲਈ ਨਹੀਂ ਲੜੀ ਜਾ ਰਹੀ, ਕਈ ਤਾਂ ਜਿਹੜੇ ਬੰਦੀ ਸਿੰਘ ਨੇ ਇਹਨਾਂ ਨਾਲ ਕੋਈ ਸਾਡੀ ਰਿਸ਼ਤੇਦਾਰੀ ਨਹੀਂ, ਲੇਕਿਨ ਮੈਂ ਸਮਝਦਾ ਇਹ ਕੌਮ ਦੇ ਸਰਮਾਏ ਨੇ, ਇਹਨਾਂ ਨੇ ਕੌਮ ਪਿੱਛੇ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਨੇ। ਹੁਣ ਕੱਲ੍ਹ ਮੈਂ ਜਦੋਂ ਮਿਲਿਆ ਵਾਂ ਲਾਹੌਰੀਆ ਸਾਹਿਬ ਨੂੰ, ਤੇ ਇਹ ਦੇਖੋ ਕਿ ਇੱਕ ਸ਼ਖਸ ਜਿਹਦੀ 58 ਸਾਲ ਉਮਰ ਹੈ, 58 ਸਾਲ ਦੇ ਵਿੱਚੋਂ 24 ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟ ਦਿੱਤੇ, ਉਸ ਪਰਿਵਾਰ ਦਾ ਕੀ ਰਹਿ ਗਿਆ? ਮੈਂ ਭੁੱਲਰ ਸਾਹਿਬ ਜਿਹੜੇ ਜਿਹਨਾਂ ਦੀ ਹੁਣੇ ਫਾਂਸੀ ਮਾਫ਼ ਹੋਈ ਹੈ, ਭੁੱਲਰ ਸਾਹਿਬ ਦੀ ਮਿਸਿਜ ਨੂੰ ਮਿਲੋ ਕਿ ਸਾਰੀ ਉਮਰ ਉਸ ਪਰਿਵਾਰ ਨੇ ਮਤਲਬ ਆਪਣਾ ਸਾਰਾ ਕੁਛ ਹੀ ਖਤਮ ਕਰ ਦਿੱਤਾ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਨੇ। ਮੈਂ ਸਮਝਦਾ ਕਿ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਕੌਮ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਤੁਸੀਂ ਕਿਸੇ ਪਾਰਟੀ ਕਿਸੇ ਧੜੇ 'ਚ ਹੋਵੋ, ਤੁਹਾਡੀ ਕੋਈ ਪੋਲੀਟੀਕਲ ਅਲਾਇੰਸ ਹੋਵੇ, ਲੇਕਿਨ ਇਹਨਾਂ ਵਾਸਤੇ ਆਪਾਂ ਨੂੰ ਲੜਨਾ ਬੜਾ ਜ਼ਰੂਰੀ ਹੈ। ਤੇ ਜਿਹੜਾ ਨਵਾਂ ਅਲਾਇੰਸ ਤੁਹਾਡੇ ਵੱਲੋਂ ਹੁਣ ਜਿਹਦੀ ਫੋਰਮੇਸ਼ਨ ਹੋਈ ਹੈ, ਉਸ ਅਲਾਇੰਸ ਤੋਂ ਕੀ ਕੁਝ ਸਿੱਖ ਕੌਮ ਉਮੀਦਾਂ ਰੱਖ ਸਕਦੀ ਹੈ? ਔਰ ਜੀ ਕੇ ਜੀ, ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਜੇ ਤੁਸੀਂ ਅਮੈਰੀਕਾ ਫੇਰੀ 'ਤੇ ਆਏ ਸੀਗੇ ਤੇ ਕਈ ਸਾਰੇ ਮਤਭੇਦ ਤੁਹਾਡੀਆਂ ਕਈ ਵੱਖ ਵੱਖ ਔਰਗਨਾਈਜੇਸ਼ਨਾਂ ਦੇ ਨਾਲ ਹੋਈ ਸੀਗੀਆਂ, ਮੈਨੂੰ ਲੱਗਦਾ ਕਿ ਉਹ ਔਰਗਨਾਈਜੇਸ਼ਨਸ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ ਔਰ ਅੱਗੇ ਕੀ ਕੁਝ ਅਸੀਂ ਤੁਹਾਡੇ ਤੋਂ ਆਸ ਲਗਾ ਕੇ ਰੱਖ ਸਕਦੇ ਹਾਂ? ਕਿਉਂਕਿ ਕਈ ਸਾਰੇ ਕਰਪਸ਼ਨ ਦੇ ਚਾਰਜਿਸ ਵੀ ਤੁਹਾਡੇ ਉੱਤੇ ਬਕਾਇਦਾ ਲਾਏ ਗਏ ਹਨ, ਜਿਹਦੇ ਵਿੱਚ ਗੁੱਲਕ ਚੋਰੀ ਦੇ ਮਸਲੇ ਔਰ ਕਈ ਸਾਰੇ ਮਸਲੇ ਜਿਹੜੇ ਨੇ ਉਹ ਕੋਰਟ ਦੇ ਅਧੀਨ ਨੇ। ਕੀ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ? ਦੇਖੋ, ਤੁਸੀਂ ਮੈਨੂੰ ਸਵਾਲ ਕੀਤਾ ਕਿ ਉੱਥੇ ਮੈਂ ਆਇਆ ਸੀ ਤੇ ਮੇਰੇ ਤੇ ਹਮਲੇ ਹੋਏ ਸੀਗੇ, ਮੈਂ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਤੁਸੀਂ ਤਾਂ ਉੱਥੇ ਬੈਠ ਕੇ ਸਿਰਫ ਗੱਲਾਂ ਕਰਦੇ ਹੋ, ਅਸੀਂ ਗਰਾਊਂਡ ਜ਼ੀਰੋ ਤੇ ਬੈਠ ਕੇ ਲੜਾਈ ਲੜਦੇ ਹਾਂ ਜੀ। ਜਿਹੜੇ ਕੰਮ ਤੁਸੀਂ ਸਿਰਫ ਉੱਥੇ ਨਾਰੇ ਮਾਰਦੇ ਹੋ, ਅਸੀਂ ਇੱਥੇ ਬੈਠ ਕੇ ਉਹ ਕੰਮ ਕਰਦੇ ਪਏ, ਉਹਨਾਂ ਸਰਕਾਰਾਂ ਨਾਲ ਲੜਦੇ ਹਾਂ। ਮੇਰੇ ਉੱਤੇ ਟਾਡਾ ਲੱਗ ਚੁੱਕਾ, ਮੇਰੇ ਉੱਤੇ 85 ਦੇ ਟਰਾਂਜਿਸਟਰ ਬੰਬ ਕੇਸ 'ਚ ਮੈਨੂੰ ਅਰੈਸਟ ਕੀਤਾ ਗਿਆ, ਮੇਰਾ ਪਾਸਪੋਰਟ ਇੰਬਾਊਂਡ ਹੋਇਆ, 6 ਸਾਲ ਮੈਨੂੰ ਲੜਾਈ ਲੜ ਕੇ ਆਪਣੇ ਆਪ ਨੂੰ ਬਾਹਰ ਕੱਢਣਾ ਪਿਆ। ਪਹਿਲੀ ਤਾਂ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਤੁਸੀਂ ਕਿਹਾ ਜਿਹੜਾ ਨਵਾਂ ਗਠਬੰਧਨ ਬਣਦਾ ਪਿਆ, ਮੈਂ ਸਿਰਫ ਬਾਹਰ ਵਾਲਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ, ਜਿਹੜੇ ਸਾਡੇ ਨਾਲ ਨਹੀਂ ਇੱਕ ਰਾਏ ਰੱਖਦੇ, ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਮੈਂ ਗਣਾਈਆਂ ਤੇ 84 ਦੀ ਯਾਦਗਾਰ ਦਿੱਲੀ ਦੇ ਵਿੱਚ ਬਣਾਉਣੀ, ਇਹ ਕੋਈ ਬਣਨ ਦੇ ਸਕਦਾ ਸੀਗਾ ਪਾਰਲੀਮੈਂਟ ਦੇ ਸਾਹਮਣੇ? ਕਦੀ ਸੱਜਣ ਕੁਮਾਰ ਸੋਚ ਸਕਦੇ ਸੀ ਉਹਨੂੰ ਅਸੀਂ ਦਿੱਲੀ 'ਚ ਬਹਿ ਕੇ ਧੋਣੋਂ ਫੜ ਲਵਾਂਗੇ? ਅਸੀਂ ਮੈਂ ਸਮਝਦਾ ਕਿ ਅਸੀਂ ਇਹ ਲੜਾਈ ਕਿਸੇ ਨੂੰ ਦਿਖਾਉਣ ਲਈ ਨਹੀਂ ਲੜੀ, ਅਸੀਂ ਇਹ ਲੜਾਈ ਆਪਣੀ ਕੌਮ ਦੀ ਪੱਗ ਉੱਚੀ ਕਰਨ ਵਾਸਤੇ, ਇਹ ਦੱਸਣ ਵਾਸਤੇ ਕਿ ਕੌਮ 'ਤੇ ਏਡਾ ਤਸ਼ੱਦਦ ਤੁਸੀਂ ਕਰ ਦਿਓਗੇ, ਏਡਾ ਕਤਲੇਆਮ ਕਰ ਦਿਓਗੇ, ਅਸੀਂ ਤਾਂ ਵੀ ਕਿਸੇ ਤੋਂ ਡਰਦੇ ਨਹੀਂ ਹਾਂ, ਕਿਸੇ ਤੋਂ ਭੱਜਦੇ ਨਹੀਂ ਹਾਂ। ਔਰ ਦੂਜੀ ਗੱਲ, ਨਵੇਂ ਗਠਬੰਧਨ ਦੀ ਗੱਲ ਕੀਤੀ ਹੈ, ਨਵਾਂ ਗਠਬੰਧਨ ਜਿਹੜਾ ਇੱਕੋ ਇੱਕ ਸੋਚ ਲੈ ਕੇ ਚੱਲਿਆ ਕਿ ਬਾਦਲ ਪਰਿਵਾਰ ਕੋਲੋਂ ਅਕਾਲ ਤਖ਼ਤ ਸਾਹਿਬ ਨੂੰ ਔਰ SGPC ਨੂੰ ਮੁਕਤ ਕਰਾਉਣਾ। ਅਕਾਲੀ ਦਲ ਦੇ ਅਸੀਂ ਖਿਲਾਫ਼ ਨਹੀਂ ਹਾਂ, ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਲੇਕਿਨ ਇਹ ਪਰਿਵਾਰ ਦੀ ਗਲਵਕੜੀ 'ਚ ਜਿਹੜਾ ਆ ਗਿਆ, ਇਸ ਨੂੰ ਕੱਢਣਾ ਬਹੁਤ ਲਾਜ਼ਮੀ ਹੈ, ਇਸ ਨੂੰ ਬਹੁਤ ਜ਼ਰੂਰੀ ਹੈ। ਜੀ ਕਿ ਜੀ, ਜਦ ਤੁਸੀਂ ਪਾਰਟੀ ਜੁਆਇਨ ਕੀਤੀ ਸੀਗੀ, ਫਿਰ ਇਹਨਾਂ ਗੱਲਾਂ ਨੂੰ ਤੁਸੀਂ ਕਿਉਂ ਨਹੀਂ ਸਮਝਿਆ ਉਸ ਟਾਈਮ? ਮੈਂ ਸਮਝਦਾ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਉਦੋਂ ਨਾ ਬਹਿਬਲ ਕਲਾਂ ਹੋਇਆ ਸੀ, ਨਾ ਉਦੋਂ ਡੇਰਾ ਮਾਫੀ ਹੋਈ ਸੀ, ਇਹੋ ਜਿਹੀ ਕੋਈ ਗੱਲ ਨਹੀਂ ਹੋਈ ਸੀ। ਉਹ ਆ ਕੇ 15-16 ਦੇ ਵਿੱਚ ਹੁੰਦੀਆਂ ਨੇ। ਮੈਂ 2008 ਕੀਤੀ ਸੀ, ਜੇ ਮੈਂ ਪਾਰਟੀ ਜੁਆਇਨ ਕੀਤੀ ਸੀ ਔਰ ਦਿੱਲੀ ਦੇ ਵਿੱਚ ਮੈਂ ਪ੍ਰਧਾਨ ਬਣਿਆ ਤੇ ਮੇਰੀ ਪ੍ਰਧਾਨਗੀ ਦੇ ਦੌਰਾਨ 84 ਦੇ ਇਨਸਾਫ਼ ਮਿਲਣੇ ਸ਼ੁਰੂ ਹੋਏ ਨੇ, ਸਿੱਖਾਂ ਦੇ ਮਸਲੇ ਹੱਲ ਹੋਣੇ ਸ਼ੁਰੂ ਹੋਏ ਨੇ, ਕਿਉਂਕਿ ਪਹਿਲੀ ਵੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਨਾ, ਪਹਿਲੇ ਵੀ ਇਹਨਾਂ ਕੋਲ ਗੁਰਦੁਆਰਾ ਕਮੇਟੀ ਸੀ, ਕਿਉਂ ਨਹੀਂ ਉਹ ਕੁਛ ਕਰਾ ਸਕੇ ਸੀਗੇ? ਮੈਂ ਜੇ ਇਸ ਜਗ੍ਹਾ ਤੇ ਪਹੁੰਚਿਆ ਵਾਂ, ਮੈਂ ਕੌਮ ਵਾਸਤੇ ਲੜਿਆ ਵਾਂ। ਅੱਜ ਮੇਰੇ ਤੇ ਜੇ ਚੋਰੀ ਦੇ ਮੁਕਦਮੇ ਪਵਾ ਰਹੇ ਨੇ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਰਸਾ, ਉਹਨਾਂ ਦੇ ਉੱਤੇ ਆਪਣੇ ਇਲਜ਼ਾਮ ਲੱਗੇ ਨੇ, ਇਸ ਕਰਕੇ ਪਾ ਰਹੇ ਨੇ ਕਿ ਇਸ ਸ਼ਖਸ ਨੂੰ ਪੋਲੀਟੀਕਲੀ ਖਤਮ ਕਰ ਦਿੱਤਾ ਜਾਵੇ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਭਾਵੇਂ ਮੇਰੇ ਤੇ ਹਮਲਾ ਹੋਇਆ, ਲੇਕਿਨ ਬਾਹਰਲੇ ਮੁਲਕਾਂ 'ਚ ਮੇਰੇ 20 ਫੇਰਿਆਂ ਦੇ ਵਿੱਚ ਕਿਤੇ 5000 ਬੰਦਾ, ਕਿਤੇ 500 ਬੰਦਾ ਮੈਨੂੰ ਸੁਣਨ ਆਉਂਦਾ, ਮੇਰੀ ਗੱਲ ਸਮਝਦਾ ਵੇ। ਮੈਂ ਜਾ ਕੇ ਬਾਹਰ ਨਾ ਕਿਸੇ ਤੋਂ ਡਰਦਾ ਵਾਂ, ਜਾ ਕੇ ਆਪਣੀ ਗੱਲ ਰੱਖਦਾ ਵਾਂ, ਕਿਉਂਕਿ ਕੌਮ ਵਾਸਤੇ ਲੜੇ ਹਾਂ ਔਰ ਮੈਨੂੰ ਖਤਮ ਕਰਨ ਵਾਸਤੇ ਬੜੀਆਂ ਵੱਡੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆਉਣ ਵਾਲਾ ਸਮਾਂ ਜਿਹੜਾ ਉਹ ਸਾਰਾ ਕੁਛ ਕਲੀਅਰ ਕਰ ਦੇਗਾ ਕਿ ਕਿਹੜੇ ਪਾਸੇ ਨੂੰ ਉਹ ਸਾਰੀਆਂ ਇਨਕੁਆਇਰੀਆਂ ਜਾਣਗੀਆਂ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਤੁਸੀਂ ਇਸ ਮੰਜ਼ਿਲ ਉੱਤੇ ਜੁੜੇ ਔਰ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਇਹ ਸੀਗੇ ਮਨਜੀਤ ਸਿੰਘ ਜੀ ਕੇ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਨਵੀਂ ਫਾਰਮ ਹੋਈ ਪਾਰਟੀ ਸਫਰੇ ਅਕਾਲੀ, ਜਿਨ੍ਹਾਂ ਦੇ ਵਿੱਚ ਇਹ ਵਨ ਆਫ ਦੀ ਫਾਊਂਡਰਸ ਨੇ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਇੱਥੇ ਹੋਰ ਵੀ ਅਪਡੇਟ ਦੇ ਦੇਵਾਂ। ਜਿੱਥੇ ਇੱਕ ਪਾਸੇ ਅਸੀਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਕਰ ਰਹੇ ਹਾਂ, ਉੱਥੇ ਹੀ ਦਿੱਲੀ ਦੇ ਵਿੱਚ ਚੋਣਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ। ਹਾਲ ਫਿਲਹਾਲ ਦੇ ਵਿੱਚ ਆਮ ਆਦਮੀ ਪਾਰਟੀ 70 ਸੀਟਾਂ ਵਿੱਚੋਂ 34 ਸੀਟਾਂ ਦੇ ਵਿੱਚ ਅੱਗੇ ਚੱਲ ਰਹੀ ਹੈ। ਬੀਜੇਪੀ ਜਿਹੜੀ ਹੈਗੀ ਆ ਉਹ 14 ਸੀਟਾਂ ਦੇ ਵਿੱਚ ਚੱਲ ਰਹੀ ਹੈ ਅੱਗੇ, ਅਤੇ ਕਾਂਗਰਸ ਜਿਹੜੀ ਹੈਗੀ ਉਹ 3 ਸੀਟਾਂ ਦੇ ਵਿੱਚ ਅੱਗੇ ਚੱਲ ਰਹੀ ਹੈ। ਹਾਲ ਫਿਲਹਾਲ ਦਾ ਅਪਡੇਟ ਹੈ, ਤੁਹਾਨੂੰ ਨਾਲ ਨਾਲ ਅਸੀਂ ਅਪਡੇਟ ਵੀ ਦਿੰਦੇ ਰਹਾਂਗੇ। ਔਰ ਇਸ ਪ੍ਰੋਗਰਾਮ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਦਿੱਲੀ ਦੀ ਚੋਣਾਂ ਦੀ ਵੀ ਗੱਲ ਕਰਾਂਗੇ ਅਤੇ ਦੋਵੇਂ ਮੁੱਦਿਆਂ ਨੂੰ ਅਹਿਮ ਰੱਖਾਂਗੇ ਅੱਜ ਦੇ ਇਸ ਮੰਚ ਦੇ ਉੱਤੇ। ਫਿਲਹਾਲ ਰੁਕ ਰਹੇ ਇੱਕ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਫਾਊਂਡੇਸ਼ਨ ਤੋਂ ਸੁੱਕੀ ਚਾਹਲ ਜੀ ਮੌਜੂਦ ਨੇ, ਐਜ਼ ਐਨ ਗੈਸਟ ਸਪੀਕਰ ਸਾਡੇ ਨਾਲ ਕਈ ਵਾਰ ਉਹ ਇਸ ਮੰਚ ਦੇ ਉੱਤੇ ਆ ਚੁੱਕੇ ਨੇ। ਸੁੱਕੀ ਜੀ, ਪਹਿਲਾਂ ਤਾਂ ਮੈਨੂੰ ਆਹ ਦੱਸੋ, ਭਾਈ ਦਇਆ ਸਿੰਘ ਲਾਹੌਰੀਆ ਹੋਰਾਂ ਦੀ ਜਿਹੜੀ ਪਰੋਲ ਹੈਗੀ ਹੈ ਉਹ ਕੀ ਇੰਪੋਰਟੈਂਸ ਰੱਖਦੀ ਹੈ? ਔਰ ਮੈਂ ਕਈ ਵਾਰ ਵੇਖਿਆ ਵੀ ਹੈ ਤੁਹਾਨੂੰ ਬਕਾਇਦਾ, ਤੁਹਾਡੀ ਬਹੁਤ ਨਿੱਜੀ ਰਿਸ਼ਤੇ ਨੇ ਸਰਕਾਰਾਂ ਦੇ ਨਾਲ, ਬਕਾਇਦਾ ਬੀਜੇਪੀ ਦੀ ਗੱਲ ਕਰੀਏ, ਆਰ ਐੱਸ ਐੱਸ ਦੀ ਗੱਲ ਕਰੀਏ। ਹਾਲ ਫਿਲਹਾਲ ਦੇ ਵਿੱਚ ਤੁਸੀਂ 2019 ਦੇ ਵਿੱਚ ਜਦ ਮੋਦੀ ਮੁੜ ਤੋਂ ਪ੍ਰਧਾਨ ਮੰਤਰੀ ਬਣੇ ਸੀਗੇ, ਤੁਸੀਂ ਉਹ ਸੈਰਮਨੀ ਦੇ ਵਿੱਚ ਵੀ ਗਏ ਸੀਗੇ, ਤਾਂ ਕੀ ਲੱਗਦਾ ਤੁਹਾਨੂੰ ਕਿ ਇਹ ਪੈਰੋਲ ਸਿੱਖ ਭਾਈਚਾਰੇ ਦੇ ਲਈ, ਡਾਇਸਪੋਰਾ ਦੇ ਲਈ ਕਿੰਨੀ ਇੰਪੋਰਟੈਂਸ ਰੱਖਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਸੀਂ ਜਿਹੜਾ ਕੁਐਸਚਨ ਕਰਿਆ ਹੈਗਾ ਵੀ ਤੁਸੀਂ ਮਿਲਦੇ ਰਹਿੰਦੇ ਹੈਗੇ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਮੈਂ ਕੋਈ ਛੁਪ ਕੇ ਨਹੀਂ ਮਿਲਦਾ, ਲੋਕੇ ਨਹੀਂ ਮਿਲਦਾ, ਬਹੁਤ ਲੋਕਾਂ ਦੀ ਆਦਤ ਹੁੰਦੀ ਹੈਗੀ ਹੈ ਬੈਕਗਰਾਊਂਡ ਦੇ ਵਿੱਚ ਜਾ ਕੇ ਮਿਲਣੇ ਜਾਂ ਪਿਛਲੇ ਦਰਵਾਜ਼ੇ ਰਾਹੀਂ ਮਿਲਣਾ। ਮੈਂ ਕਦੇ ਨਾ ਹੀ ਪਿਛਲੇ ਦਰਵਾਜ਼ੇ ਰਾਹੀਂ ਮਿਲਿਆ ਔਰ ਨਾ ਹੀ ਕਦੇ ਮਿਲਾਂਗਾ। ਆਪਾਂ ਮਿਲਦੇ ਹਾਂ, ਸ਼ਰਿਆਂ ਮਿਲਦੇ ਹੈਗੇ ਹਾਂ, ਕੋਈ ਮੁਕਰਦੇ ਨਹੀਂ ਹੈਗੇ। ਜੇਕਰ ਇਹਨਾਂ ਚੀਜ਼ਾਂ ਦੇ ਨਤੀਜੇ ਆਏ ਹੈਗੇ ਨੇ, ਉਹ ਮਿਲਣ ਮਿਲਾਪ ਦੇ ਨਾਲ ਹੀ ਆਏ ਹੋਏ ਨੇ। ਕਿਤੋਂ ਨਾ ਕਿਤੋਂ ਕੋਈ ਡਾਇਲੋਗ ਸ਼ੁਰੂ ਹੋ ਗਿਆ ਹੈਗਾ, ਡਾਇਲੋਗ ਦੇ ਰਾਹੀਂ ਇਹਨਾਂ ਚੀਜ਼ਾਂ ਦੇ ਕੋਈ ਮਸਲਿਆਂ ਦੇ ਹੱਲ ਨਿਕਲਦੇ ਹੈਗੇ ਨੇ। ਇਹ ਜਿਹੜਾ ਹੈਗਾ ਇਹਨਾਂ ਭਾਈ ਦਇਆ ਸਿੰਘ ਲਾਹੌਰੀਆ ਦੀ, ਇਹਨਾਂ ਨੂੰ ਜਿਹੜੀ ਪਰੋਲ ਮਿਲੀ ਹੈਗੀ ਹੈ, ਇਹ ਵੀ ਕੋਈ ਇੱਕ ਡਾਇਲੋਗ ਦਾ ਇੱਕ ਹਿੱਸਾ ਹੈਗਾ ਜੀ। ਇਹ ਬਹੁਤ ਲੋਕਾਂ ਦੀ ਇਹਦੇ ਵਿੱਚ ਕੰਟਰੀਬਿਊਸ਼ਨ ਹੈਗੀ ਹੈ, ਮੈਂ ਇਕੱਲੇ ਦੀ ਨਹੀਂ ਕਹਿ ਸਕਦਾ ਹੈਗਾ। ਚਲੋ ਠੀਕ ਹੈ, ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਤੱਕ ਪਹੁੰਚ ਕੀਤੀ ਗਈ ਹੈਗੀ, ਉਹਨਾਂ ਨੇ ਇੱਥੇ ਮੇਰੇ ਕੋਲ ਵੀ ਆਏ, ਇੱਥੇ ਉਹਨਾਂ ਦੀ ਟੀਮ ਮਿਲ ਕੇ ਗਈ ਹੈਗੀ, ਅਮਰੀਕਾ 'ਚ ਵੀ ਮਿਲੇ ਹੈਗੇ, ਜਿੰਨਾ ਕੁਛ ਹੋ ਸਕਦਾ ਹੈਗਾ ਸੀਗਾ ਹੋਮ ਮਿਨਿਸਟਰੀ ਦੇ ਨਾਲ ਜਿੰਨੀ ਉਹਨਾਂ ਦਾ ਪੱਖ ਰੱਖਿਆ ਜਾ ਸਕਦਾ ਹੈਗਾ ਸੀਗਾ ਵੀ ਹਾਂ ਵੀ ਇਹ ਇੱਕ ਬਹੁਤ ਅੱਛਾ ਮੈਸੇਜ ਆਏਗਾ ਹੈਗਾ, ਸਿੱਖ ਪੰਥ ਲਈ ਇੱਕ ਬਹੁਤ ਅੱਛਾ ਮੈਸੇਜ ਆਏਗਾ, ਸਰਕਾਰ ਵੱਲੋਂ ਵੀ ਅੱਛਾ ਮੈਸੇਜ ਆਏਗਾ ਹੈਗਾ। ਇਹ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਡਾਇਲੋਗ ਦਾ ਇੱਕ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈਗਾ। ਇਹ ਵੀ ਆਪਾਂ ਸੋਚ ਕੇ ਚੱਲੀਏ ਵੀ ਬਹੁਤ ਅੱਛਾ ਫੈਸਲਾ ਹੈਗਾ, ਪਰਮਾਤਮਾ ਕਰੇ ਹੈਗੇ ਵੀ ਉਹਨਾਂ ਨੂੰ, ਹੁਣ ਤਾਂ ਚਲੋ ਆਪਾਂ ਕਹਿੰਦੇ ਵੀ 20 ਦਿਨ ਦੀ ਪਰੋਲ ਹੈਗੀ ਹੈ, ਇਸ ਤੋਂ ਬਾਅਦ ਹੌਲੀ ਹੌਲੀ ਕੁਛ ਮਹੀਨਿਆਂ ਬਾਅਦ ਮੈਨੂੰ ਲੱਗਦਾ ਹੈਗਾ ਇਹ ਪਰਮਾਨੈਂਟਲੀ ਉਹਨਾਂ ਨੂੰ ਬੇਲ ਦੇ ਉੱਤੇ ਵੀ ਬਾਹਰ ਆ ਜਾਣਗੇ ਹੈਗੇ। ਤੇ ਭਾਈ ਸਾਹਿਬ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਲੈ ਕੇ ਕੀ ਕੁਝ ਤੁਸੀਂ ਕਹੋਗੇ ਅੱਜ ਇਸ ਮੰਚ ਦੇ ਉੱਤੇ, ਕੀ ਕੁਝ ਕਿਆਸ ਅਸੀਂ ਲਗਾ ਸਕਦੇ ਹਾਂ? ਦੇਖੋ ਮੈਂ ਸਿਰਫ ਇੱਕ ਬੰਦੇ ਦੀ ਜਾਂ ਇੰਡੀਵਿਜੁਅਲ ਦੀ ਗੱਲ ਨਹੀਂ ਕਰ ਸਕਦਾ ਹੈਗਾ, ਮੈਂ ਕਰਦਾ ਹੈਗਾ ਵੀ ਹਰ ਇੱਕ ਇਨਸਾਨੀਅਤ ਦੀ ਗੱਲ ਕਰਦਾ ਹੈਗਾ ਵੀ ਮੈਂ ਕਹਿੰਦਾ ਵੀ ਕਿਸੇ ਵੀ ਕੰਟਰੀ ਦੇ ਵਿੱਚ, ਨੋਟ ਓਨਲੀ ਇੰਡੀਆ ਦੇ ਵਿੱਚ, ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਹੈਗੇ, ਹੋਰ ਨੋਟ ਓਨਲੀ ਸਿੱਖ ਕਮਿਊਨਿਟੀ, ਕੋਈ ਵੀ ਬੰਦਾ ਹੈਗਾ ਜਿਹਦੀ ਕੋਈ ਸਜ਼ਾ ਹੈਗੀ ਹੈ ਪੂਰੀ ਹੋ ਚੁੱਕੀ ਹੈ, ਚਾਹੇ ਉਹ ਮੁਸਲਮਾਨ ਹੈਗਾ, ਚਾਹੇ ਹਿੰਦੂ ਹੈਗਾ, ਚਾਹੇ ਉਹ ਸਿੱਖ ਹੈਗਾ, ਚਾਹੇ ਕ੍ਰਿਸਚਨ ਹੈ, ਕੋਈ ਕਿਸੇ ਕਮਿਊਨਿਟੀ ਨੂੰ ਬਿਲੋਂਗ ਕਰਦਾ, ਜਿਹਦੀ ਸਜ਼ਾ ਪੂਰੀ ਹੋ ਚੁੱਕੀ ਹੈਗੀ ਹੈ, ਐਟਲੀਸਟ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈਗਾ। ਇਹ ਸਾਡੀ ਮੰਗ ਬਹੁਤ ਦੇਰ ਪਹਿਲਾਂ ਤੋਂ ਚੱਲੀ ਆ ਰਹੀ ਆ, ਪਰ ਕਈ ਵਾਰੀ ਟੈਕਨੀਕਲ ਇਸ਼ੂਜ਼ ਹੁੰਦੇ ਹੈਗੇ ਨੇ, ਜੁਡੀਸ਼ਰੀ ਦੀ ਜਿਵੇਂ ਆਪਾਂ ਸੋਚਦੇ, ਜਿੰਨੀ ਚਿਰ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰਦੇ ਹੈਗੇ, ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨਹੀਂ ਹੁੰਦੇ, ਤੁਹਾਨੂੰ ਕੋਈ ਚੀਜ਼ਾਂ ਨਾਲ ਲੱਗਦਾ ਹੁੰਦਾ ਵੀ ਬਹੁਤ ਸੌਖੀਆਂ ਹੁੰਦੀਆਂ ਹੈਗੀਆਂ ਨੇ, ਪਰ ਇੰਨੀਆਂ ਸੌਖੀਆਂ ਨਹੀਂ ਹੈਗੀਆਂ, ਪਰ ਤੁਸੀਂ ਜਦੋਂ ਸਾਰੀਆਂ ਬਹੁਤ ਹੁੰਦੀਆਂ ਅਕਰੋਸ ਕੀ ਜਿਹੜੇ ਮੇਨ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਨਹੀਂ ਹੋ ਪਾ ਰਹੀ? ਸਾਨੂੰ ਲੱਗਦਾ ਅਸੀਂ ਇਸ ਗੱਲ ਨੂੰ ਜ਼ਰੂਰ ਮੰਨਦੇ ਹਾਂ ਕਿ ਭਾਈ ਦਇਆ ਸਿੰਘ ਲਾਹੌਰੀਆਂ ਦੀ ਜਿਹੜੀ ਪਰੋਲ ਹੋਈ ਹੈ ਉਹਦੇ ਵਿੱਚ ਕਈ ਸਾਰੀ ਔਰਗਨਾਈਜੇਸ਼ਨ ਦਾ ਕੰਮ ਹੈ, ਜਿਨ੍ਹਾਂ ਵਿੱਚੋਂ ਇੱਕ ਔਰਗਨਾਈਜੇਸ਼ਨ ਤੁਹਾਡੀ ਪੰਜਾਬ ਫਾਊਂਡੇਸ਼ਨ ਹੈ, ਪਰ ਜਿਹੜੇ ਅਹਿਮ ਹੋਰ ਵੀ ਮਸਲੇ ਹਨ, ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਟੋੜਾ, ਜਗਤਾਰ ਸਿੰਘ ਹਵਾਰਾ, ਇਹਨਾਂ ਦੀ ਰਿਹਾਈ ਨੂੰ ਲੈ ਕੇ ਜਾਂ ਫਿਰ ਇਹਨਾਂ ਦੇ ਉੱਤੇ ਜਿਹੜੇ ਮੁਕੱਦਮੇ ਚੱਲ ਰਹੇ ਹਨ ਵੱਖ ਵੱਖ ਕੋਰਟਾਂ ਦੇ ਉੱਤੇ,
ਉਹਨੂੰ ਲੈ ਕੇ ਕੀ ਕੁਝ ਅਸੀਂ ਕਿਆਸ ਲਗਾ ਸਕਦੇ ਹਾਂ? ਕਿਉਂਕਿ ਮਾਨਵ ਅਧਿਕਾਰਾਂ ਦੀ ਗੱਲ ਕਰੀਏ ਤਾਂ ਤੁਸੀਂ ਕਈ ਵਾਰ ਆਪਣੀ ਆਵਾਜ਼ ਬੁਲੰਦ ਕਰ ਚੁੱਕੇ ਹੋ, ਭਾਈ ਜਗਤਾਰ ਸਿੰਘ ਹਵਾਰਾ ਲੰਬੇ ਸਮੇਂ ਤੋਂ ਪਿੱਠ ਦੀ ਦਰਦ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਪੇਨ ਹੈਗੀ ਆ, ਜੂਝ ਰਹੇ ਨੇ, ਉਹਨੂੰ ਲੈ ਕੇ ਹਜੇ ਤੱਕ ਕੋਈ ਜਿਹੜੀ ਮੈਡੀਕਲ ਫੈਸਿਲਿਟੀ ਉਹਨਾਂ ਨੂੰ ਨਹੀਂ ਦਿੱਤੀ ਗਈ। ਉਸ ਤੋਂ ਇਲਾਵਾ ਪਰਮਜੀਤ ਸਿੰਘ ਬਿਓਰਾ ਜਦ ਹਾਲ ਫਿਲਹਾਲ ਦੇ ਵਿੱਚ ਆਪਣੀ ਮਾਤਾ ਜੀ ਦੇ ਦਿਹਾਂਤ 'ਤੇ ਪਹੁੰਚੇ, ਉਹਨਾਂ ਨੇ ਵੀ ਪਟੀਸ਼ਨ ਪਾਈ ਸੀਗੀ ਕਿ ਮੈਨੂੰ ਪੈਰੋਲ 'ਤੇ ਜਿਹੜਾ ਹੈਗਾ ਛੱਡਿਆ ਜਾਵੇ, ਤਾਂ ਫਿਰ ਸਾਡੀਆਂ ਔਰਗਨਾਈਜੇਸ਼ਨਸ ਜੇ ਫਿਰ ਸਾਡੀਆਂ ਸਰਕਾਰਾਂ ਜਾਂ ਫਿਰ ਵੱਖ ਵੱਖ ਜਿਹੜੇ ਹੋਰ ਪੋਲੀਟੀਸ਼ੀਅਨਸ ਨੇ ਉਹ ਫਿਰ ਲੁੱਕ ਕੇ ਕਿਉਂ ਬਹਿ ਜਾਂਦੇ ਹਨ ਜਦ ਮੇਨ ਮੁੱਦਿਆਂ ਦੀ ਗੱਲ ਹੁੰਦੀ ਹੈ? ਭਾਈ ਸਾਹਿਬ, ਤੁਹਾਨੂੰ ਆਪਾਂ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ, ਕਈ ਚੀਜ਼ਾਂ ਓਵਰਨਾਈਟ ਨਹੀਂ ਹੁੰਦੀਆਂ ਹੈਗੀਆਂ। ਫੋਰ ਯੋਰ ਇਨਫੋਰਮੇਸ਼ਨ, ਦਿਆ ਸਿੰਘ ਲਾਹੌਰੀਆ ਦੀ ਮਾਤਾ ਜੀ ਦਾ ਜਦੋਂ ਦੇਹਾਂਤ ਹੋਇਆ ਹੈਗਾ ਸੀ, ਇਹਨਾਂ ਨੂੰ ਵੀ ਇੱਕੋ ਦਿਨ ਦੀ ਉਦੋਂ ਪਰੋਲ ਮਿਲੀ ਹੈਗੀ ਸੀ। ਇਹ ਪਹਿਲਾਂ ਗਏ ਹੈਗੇ ਸੀ ਉਹਨਾਂ ਦੇ ਸੰਸਕਾਰ ਦੇ ਟਾਈਮ ਤੇ, ਸਿਰਫ 2 ਘੰਟੇ ਵਾਸਤੇ ਗਏ ਹੈਗੇ ਸੀ, ਇਹ ਫਿਰ ਵਾਪਸ ਆਏ ਹੈਗੇ ਸੀਗੇ ਉੱਥੋਂ ਦਿੱਲੀ, ਇਹਨਾਂ ਨੂੰ ਵਾਪਸ ਲੈ ਕੇ ਆਉਂਦਾ ਹੈਗਾ ਸੀਗਾ। ਪ੍ਰੋਸੈਸ ਸ਼ੁਰੂ ਹੋ ਰਿਹਾ ਹੈਗਾ ਸੀ ਇਹਦਾ, ਜੇਕਰ ਆਪਾਂ ਕਹਿੰਦੇ ਵੀ ਹੁਣ ਤੁਸੀਂ ਅੱਜ ਹੀ ਸਰ ਹਰ ਇੱਕ ਚੀਜ਼ ਦਾ ਫੈਸਲਾ ਹੋ ਜਾਏਗਾ, ਮੇਰੇ ਕੋਲ ਸ਼ਾਇਦ ਉਸ ਚੀਜ਼ ਦਾ ਕੋਈ ਆਨਸਰ ਨਹੀਂ ਹੈਗਾ। ਚਲੋ ਸੁਖੀ ਜੀ, ਇਹ ਦੱਸੋ ਕਿ ਤੁਸੀਂ ਤੁਹਾਡਾ ਤੁਹਾਡੇ ਤੁਹਾਡੀ ਗੱਲ ਮੈਨੂੰ ਪੂਰੀ ਕਰ ਲੈਣ ਦਿਓ ਜੀ, ਇੱਕ ਗੱਲ ਮੈਨੂੰ ਪੂਰੀ ਕਰ ਲੈਣ ਦਿਓ ਜੀ। ਪਰ ਆਪਣੀ ਐਕਸਪੈਕਟੇਸ਼ਨ ਜਿਹੜੀ ਸਿੱਖ ਕੌਮ ਦੀ ਹੈਗੀ ਹੈ ਨਾ, ਆਈ ਥਿੰਕ ਬਹੁਤ ਅਨਰੀਅਲਿਸਟਿਕ ਹੈਗੀਆਂ ਨੇ ਕਈ ਜ਼ਿਆਦਾ। ਹੁਣ ਦੇਖੋ ਆਪਾਂ ਮੋਦੀ ਨੂੰ ਚਾਹੇ ਕੁਛ ਮਰਜ਼ੀ ਤੁਸੀਂ ਜਿੰਨਾ ਮਰਜ਼ੀ ਕ੍ਰਿਟੀਸਾਈਜ਼ ਕਰੀ ਜਾਓ, ਪਰ ਜੋ ਇਸ ਸਰਕਾਰ ਨੇ ਸਿੱਖਾਂ ਦੇ ਲਈ ਕਰਿਆ ਹੈਗਾ, ਤੁਸੀਂ ਹਿਸਟਰੀ ਦੇ ਵਿੱਚ ਪਿੱਛੇ ਜਾ ਕੇ ਦੇਖ ਲਓ ਹੈਗੇ, ਪਿਛਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਸੁਰਤ ਸੰਭਾਲੀ ਹੈਗੀ ਹੈ, ਕਿਸੇ ਨੇ ਸਾਡੇ ਲਈ ਕੀ ਕਰਿਆ ਹੈਗਾ? ਜੋ ਜੀਕੇ ਸਾਹਿਬ ਨੇ ਵੀ ਦੱਸਿਆ ਹੈਗਾ, ਜੋ ਬਲੈਕ ਲਿਸਟ ਦੀ ਵੀ ਪ੍ਰੂਨਿੰਗ ਹੋਈ ਹੈਗੀ ਹੈ, ਖਤਮ ਕਰੀ ਗਈ ਹੈਗੀ ਹੈ, ਲੋਕਾਂ ਨੂੰ ਅਸਾਇਲਮ ਜਿਹੜਾ ਇੱਥੇ NRI ਨੂੰ ਇਸ਼ੂ ਆਉਂਦਾ ਹੈਗਾ ਸੀਗਾ, ਉਹਨਾਂ ਨੂੰ ਵੀਜ਼ੇ ਮਿਲੇ ਹੈਗੇ ਨੇ, ਕਰਤਾਰ ਸਿੰਘ ਕੋਰੀਡੋਰ ਵਾਸਤੇ ਹੈਗੇ। ਹੁਣ ਦੇਖੋ ਤੁਸੀਂ, ਇਹ ਦੇਖੋ ਜਿਹੜਾ ਇੱਥੋਂ ਅੱਜ ਅੰਬੈਸਡਰ ਹੈਗਾ, ਇੱਕ ਗੁਰਸਿੱਖ ਬੰਦਾ ਹੈਗਾ, ਠੀਕ ਹੈ, ਉਹ ਤੇਜਾ ਸਿੰਘ ਸਮੁੰਦਰੀ ਦਾ ਗ੍ਰੈਂਡ ਸਨ ਜਿਹੜੇ ਹੈਗੇ, ਉਹਨਾਂ ਨੂੰ ਇੱਥੇ ਸੰਧੂ ਸਾਹਿਬ ਨੂੰ, ਤਰਨਜੀਤ ਸੰਧੂ ਨੂੰ ਇੱਕ ਅੰਬੈਸਡਰ ਲਗਾਇਆ ਹੈਗਾ। ਹੁਣ ਦੇਖੋ ਉਹਨਾਂ ਕੋਲ ਹੋਰ ਅੰਬੈਸਡਰ ਨਹੀਂ ਹੈਗੇ ਸੀ, ਹੁਣ ਸਿੱਖ ਚਿਹਰਾ ਉੱਥੇ ਲੱਗ ਗਿਆ ਹੈਗਾ, ਕੱਲ ਨੂੰ ਜਾ ਕੇ ਵਾਈਟ ਹਾਊਸ ਦੇ ਵਿੱਚੋਂ ਮਿਲੇ ਗਿਆ ਹੈਗਾ। ਸਿੱਖੀ ਦੇ ਲਈ ਕਿੱਡਾ ਵੱਡਾ ਸਟੈਪ ਹੈਗਾ, ਕਿੰਨਾ ਅਹਿਮ ਸਟੈਪ ਹੈਗਾ, ਔਰ ਉਹਨਾਂ ਦੇ ਲਈ ਜਦੋਂ ਉਹਨਾਂ ਨੂੰ ਨੋਮੀਨੇਟ ਕਰਿਆ ਗਿਆ ਹੈਗਾ, ਕੁਛ ਇੱਥੋਂ ਦੀਆਂ ਲੋਕਲ ਆਰਗੇਨਾਈਜੇਸ਼ਨ ਉਹਨਾਂ ਦੇ ਖਿਲਾਫ ਹੀ ਤੁਸੀਂ ਉਹਨਾਂ ਨੂੰ ਕ੍ਰਿਟੀਸਾਈਜ਼, ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਹੇ ਹੈਗੇ ਆ, ਦਬਕੇ ਮਾਰ ਰਹੇ ਹੈਗੇ, ਅਸੀਂ ਤੈਨੂੰ ਦੇਖ ਲਾਂਗੇ, ਐਂ ਕਰ ਲਾਂਗੇ, ਬਾਹਰ ਕਰ ਲਾਂਗੇ। ਦਿਸ ਇਜ਼ ਨੌਨਸੈਂਸ। ਸੁਖੀ ਜਹਾਲ ਜੀ, ਜਸਟ ਫੋਰ ਯੋਰ ਇਨਫੋਰਮੇਸ਼ਨ, ਇੱਕ ਗੱਲ ਮੈਂ ਤੁਹਾਨੂੰ ਵੀ ਦੱਸ ਦਵਾਂ ਕਿ ਉਹੀ ਅਮਿਤ ਸ਼ਾਹ ਨੇ ਜਿਹੜੇ ਕਿ ਲੋਕ ਸਭਾ ਦੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਕਹਿੰਦੇ ਹਨ, ਅਸੀਂ ਕੋਈ ਕੁਝ ਮਾਫੀ ਨਹੀਂ ਦਿੱਤੀ ਔਰ ਅਸੀਂ ਕਿਸੇ ਨੂੰ ਰਿਹਾ ਨਹੀਂ ਕਰ ਰਹੇ। ਹੁਣ ਦੇਖੋ ਜਿਹੜੇ ਲੋਕੀ ਉੱਥੇ ਉਹਨਾਂ ਨੂੰ ਮਿਲਦੇ ਹੈਗੇ ਸੀਗੇ, ਜਿਹੜੇ ਲੋਕਾਂ ਨੇ ਉੱਥੇ ਆ ਕੇ ਕਿਹਾ ਸੀ ਅਸੀਂ ਸਟੈਪ ਗਏ ਹੈਗੇ ਸੀ ਉੱਥੇ, ਉਹਨਾਂ ਨੂੰ ਲੈ ਕੇ ਗਏ ਹੈਗੇ ਸੀਗੇ, ਉਹਨਾਂ ਨੇ ਸਾਨੂੰ ਆਹ ਵਾਅਦਾ ਕਰਿਆ ਹੈਗਾ, ਇਹ ਤਾਂ ਉਹ ਲੋਕੀ ਜਿਹੜੇ ਹੈਗੇ ਨੇ ਉਸ ਸੁੱਖੀ ਚਾਲ ਜੀ, ਇਹ ਗੱਲ ਸਿਰਫ ਇੱਥੇ ਆ ਕੇ ਇਹੀ ਰੁਕਦੀ ਹੈ ਕਿ ਭਾਵੇਂ ਅੱਜ ਮਸਲੇ ਸੁਲਝਾਉਣ ਦੀ ਗੱਲ ਹੋ ਰਹੀ ਹੈ, ਪੈਰੋਲ 'ਤੇ ਉਹਨਾਂ ਨੂੰ 20 ਦਿਨ ਲਈ ਕੀਤਾ ਗਿਆ ਅਤੇ ਰਿਹਾਅ ਕਿਉਂ ਨਹੀਂ ਕੀਤਾ ਗਿਆ? ਚਲੋ ਅਗਲਾ ਤੁਸੀਂ ਸਟੈਪ ਕਹਿ ਰਹੇ ਹੋ ਕਿ ਅਗਲਾ ਰਿਹਾਅ ਵੀ ਹੋ ਜਾਏਗਾ, ਅਗਲਾ ਰਿਹਾਅ ਵੀ ਹੋ ਜਾਏਗਾ, ਲੇਕਿਨ ਕਈ ਸਾਰੇ ਅਹਿਮ ਮਸਲਿਆਂ ਦੇ ਉੱਤੇ ਅੱਜ ਵੀ ਸਹਿਮਤੀ ਜਿਹੜੀ ਹੈ ਉਹ BJP ਦੇ ਨਾਲ ਨਹੀਂ ਜੁੜਦੀ, ਬਕਾਇਦਾ RSS ਦੇ ਨਾਲ ਨਹੀਂ ਜੁੜਦੀ, ਜਿੱਥੇ ਇਲਜ਼ਾਮ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਦੇ ਹੁੰਦੇ ਹਨ। ਆਰਟੀਕਲ 25-20 ਦਾ ਮਸਲਾ ਸਭ ਤੋਂ ਵੱਡਾ ਮਸਲਾ ਹੈਗਾ, ਜਿੱਥੇ ਗੱਲ ਸੁਣ ਲਓ, ਦੇਖੋ ਆਪਣੀ ਜਿਹੜੀ ਸਿੱਖ ਕੌਮ ਜਿਹੜੀ ਹੈਗੀ ਹੈ, ਪਹਿਲਾਂ ਅੱਜ ਤੁਸੀਂ ਆਪਣੇ ਆਪ ਸੋਚੋ ਕਿ ਅਸੀਂ ਇੱਕ ਝੰਡੇ ਥੱਲੇ ਖੜੇ ਹੈਗੇ ਹਾਂ, ਕਿ ਅਸੀਂ ਇੱਕ ਮੁੱਠ ਹੈਗੇ ਹਾਂ, ਸਾਡੇ ਤੋਂ ਇੱਥੇ ਇੱਕ ਗੁਰਦੁਆਰਾ ਸਾਹਿਬ ਤਾਂ ਚਲਾ ਨਹੀਂ ਸਕਦੇ ਹੈਗੇ ਅਸੀਂ, ਕੋਈ ਵੀ ਕੋਈ ਚੰਗਾ ਕੰਮ ਕਰਦਾ ਹੈਗਾ, ਤੁਸੀਂ ਕਿਸੇ ਨੂੰ ਦੇਖੋ, ਡਾਇਲੋਗ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਹੈਗਾ। ਜਿਹੜਾ ਵੀ ਬੰਦਾ ਕੋਈ ਡਾਇਲੋਗ ਦੀ ਸ਼ੁਰੂਆਤ ਵੀ ਕਰਦਾ ਹੈਗਾ, ਉਹ ਕਹਿੰਦਾ ਜੀ ਇਹ ਗਦਾਰ ਹੈਗਾ ਜੀ, ਇਹ ਪੰਥ ਦਾ ਗਦਾਰ ਹੈਗਾ, ਇਹ RSS ਦਾ ਬੰਦਾ, ਇਹ BJP ਦਾ ਬੰਦਾ ਹੈਗਾ, ਉਹ ਤੇ ਇਲਜ਼ਾਮ ਲੱਗਦੇ ਹੈਗੇ ਨੇ, ਬਿਨਾਂ ਕਿਸੇ ਡਾਇਲੋਗ ਤੋਂ ਮਸਲੇ ਦਾ ਹੱਲ ਨਹੀਂ ਹੋਏਗਾ। ਆਪਾਂ ਬਹੁਤ ਨੁਕਸਾਨ ਕਰਵਾ ਲਿਆ ਹੈਗਾ, ਸਿੱਖ ਕੌਮ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈਗਾ। ਹੁਣ ਦੇਖੋ ਜਿਹੜੇ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਉਸ ਕੰਟਰੀ ਦਾ ਰਾਸ਼ਟਰਪਤੀ, ਉਸ ਕੰਟਰੀ ਦੀ ਪੋਲੀਟਿਕਸ, ਸਾਰੀ ਜਿਹੜੀ ਕਾਂਗਰਸ ਹੈਗੀ ਹੈ ਉਹ ਪ੍ਰੋ ਇੰਡੀਆ ਹੈਗੀ ਹੈ। ਅਸੀਂ ਦਿਨ ਰਾਤ ਕਹਿੰਦੇ ਹੈਗੇ ਵੀ ਇੰਡੀਆ ਨੇ ਐਂ ਕਰਤਾ, ਅਸੀਂ ਇੰਡੀਆ ਦੇ ਨਾਲ ਆਹ ਨਹੀਂ ਕਰਨਾ, ਵਾਹ ਨਹੀਂ ਕਰਨਾ। ਹੁਣ ਤੁਸੀਂ ਜੇ ਐਡੀ ਗੱਲ ਹੈ ਕਿ ਤਾਂ ਮੋਦੀ ਸਾਹਿਬ ਨੂੰ ਰੋਕ ਕੇ ਦੇਖ ਲਓ ਹੈਗੋ, ਆਪਣੇ ਸੋਰੀ ਮੈਂ ਟਰੰਪ ਨੂੰ ਉੱਥੇ ਜਾ ਕੇ ਵੀ ਨਾ ਇੰਡੀਆ ਜਾਣ, ਉਹਦੇ ਖਿਲਾਫ ਹੀ ਪ੍ਰੋਟੈਸਟ ਕਰਕੇ ਦੇਖ ਲਓ ਹੈਗੋ। ਛੋਟੀ ਮੋਟੀ ਗੱਲ ਹੁੰਦੀ ਹੈਗੀ ਨਾ, ਤੇ ਯੂ ਹੈਵ ਟੂ ਥਿੰਕ ਲੌਂਗ ਟਰਮ। ਜਿਹੜੇ ਅੱਜ ਆਪਾਂ ਨੇ ਇਹ ਜਿਹੜੀਆਂ ਆਪਾਂ ਆਪਣੀ ਕਮਿਊਨਿਟੀ ਨੂੰ ਆਪ ਹਰਟ ਕਰਦੇ ਹਾਂ, ਸਿੱਖ ਦਾ ਦੁਸ਼ਮਣ ਬਾਹਰੋਂ ਨਹੀਂ ਹੈਗਾ, ਸਿੱਖ ਦਾ ਦੁਸ਼ਮਣ ਨੂੰ ਲੱਗਦਾ ਨਹੀਂ ਹੈਗਾ ਵੀ ਕੋਈ ਹਿੰਦੂ ਹੋਏਗਾ। ਸਿੱਖਾਂ ਦੇ ਵਿੱਚ ਅਸੀਂ ਸਿੱਖਾਂ ਦੇ ਵਿੱਚ ਆਪ ਹੀ ਬਹੁਤ ਇੱਕ ਦੂਜੇ ਦੇ ਬਹੁਤ ਵੱਡੇ ਦੁਸ਼ਮਣ ਆ, ਜਿਹੜੇ ਕਿ ਸਿੱਖੀ ਦਾ ਘਾਣ ਕਰ ਰਹੇ ਹੈਗੇ ਆ, ਅਸੀਂ ਸਿੱਖੀ ਤੋਂ ਦੂਰ ਜਾ ਰਹੇ ਹੈਗੇ ਆ, ਇਸੇ ਕਰਕੇ ਜਿਹੜੀਆਂ ਪ੍ਰੋਬਲਮ ਆ ਰਹੀਆਂ ਹੈਗੀਆਂ ਨੇ, ਉਸ ਚੀਜ਼ ਦਾ ਜਿਹੜਾ ਤੁਹਾਡਾ ਦੁਸ਼ਮਣ ਹੈ ਉਸ ਚੀਜ਼ ਦਾ ਲਗਾਤਾਰ ਐਡਵਾਂਟੇਜ ਲੈਂਦਾ ਹੈਗਾ। ਹੁਣ ਦੇਖੋ ਅਮੈਰੀਕਾ ਕਿੱਥੇ ਜਾ ਕੇ ਕੀ ਕੋਸ਼ਿਸ਼ ਕਰ ਰਿਹਾ ਹੈਗਾ, ਉੱਥੇ ਜਾ ਕੇ
ਹਿੰਦੁਸਤਾਨ ਦੇ ਨਾਲ ਤੁਸੀਂ ਵਪਾਰ ਵਧਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਹੁਣ ਜਦੋਂ ਵੀ ਤੁਹਾਡਾ ਹਿੰਦੁਸਤਾਨ ਦਾ ਇੱਥੇ ਪ੍ਰਧਾਨ ਮੰਤਰੀ ਆਉਂਦਾ ਹੈਗਾ, ਤੁਹਾਡਾ ਅਮੈਰੀਕਾ ਦਾ ਪ੍ਰਧਾਨ ਮੰਤਰੀ ਜਿਹੜਾ ਰਾਸ਼ਟਰਪਤੀ ਹੈਗਾ ਉਹਨੂੰ ਜਾ ਕੇ ਉੱਥੇ ਮਿਲਦਾ ਹੈਗਾ, ਕੀ ਕੋਸ਼ਿਸ਼ ਹੋ ਰਹੀ ਹੈਗੀ ਹੈ? ਆਪਾਂ ਉੱਥੇ ਆਪਾਂ ਉੱਥੇ ਸਾਡੀ ਐਕਟੀਵਿਟੀ ਉੱਥੇ ਕੀ ਹੁੰਦੀ ਹੈਗੀ ਹੈ? ਵੀ ਹੈਵ ਟੂ ਥਿੰਕ ਲੌਂਗ ਟਰਮ, ਵੀ ਹੈਵ ਟੂ ਥਿੰਕ ਬਿਯੋਂਡ ਦੈਟ, ਕਿ ਇੱਕ ਛੋਟੇ ਜਿਹੇ ਦਾਇਰੇ ਤੋਂ ਨਿਕਲ ਕੇ ਨਾ ਵੀ ਹੈਵ ਟੂ ਥਿੰਕ ਲੌਂਗ ਟਰਮ, ਕਿ ਸਿੱਖ ਕੌਮ ਦੇ ਲਈ ਅਸੀਂ ਕੀ ਕਰਨਾ ਚਾਹੀਦਾ ਹੈਗਾ। ਪਹਿਲਾਂ ਇੱਥੇ ਆਪਣੇ ਜਿਹੜੀ ਲੋਕਲ ਉਹ ਹੈਗੇ ਨੇ, ਆਪਾਂ ਨੂੰ ਆਪਣੇ ਇੱਕ ਗੁਰਦੁਆਰਾ ਸਾਹਿਬ ਦਾ ਸਵਾਲ ਨਹੀਂ ਸਕਦੇ ਹੈਗੇ, ਉੱਥੇ ਆਪਾਂ ਨੂੰ ਕਰਨਾ ਚਾਹੀਦਾ। ਚਲੋ ਹੁਣ ਤੁਸੀਂ ਨੈਕਸਟ ਟਾਈਮ, ਤੁਸੀਂ ਚਲੋ ਹੁਣ ਨੈਕਸਟ ਟਾਈਮ ਅਮਿਤ ਸ਼ਾਹ ਨੂੰ ਮਿਲੋਗੇ, ਤੁਹਾਨੂੰ ਵੀ ਇੱਕ ਵਾਰੀ ਕਹਿ ਦਿਓ ਕਿ ਲੋਕ ਸਭਾ ਦੇ ਵਿੱਚ ਫਿਰ ਇੰਨਾ ਵੱਡਾ ਬਿਆਨ ਕਿਉਂ ਦਿੱਤਾ, ਜੇਕਰ ਤੁਸੀਂ ਵਾਕਈ ਸਿੱਖਾਂ ਦੇ ਹਮਦਰਦ ਹੋ। ਮਿਹਰਬਾਨੀ ਤੁਹਾਡੀ ਸੁੱਖੀ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਡੇ ਨਾਲ ਤੁਸੀਂ ਸਾਂਝੇ ਕੀਤੇ, ਅਤੇ ਇਹ ਸੀਗੇ ਸੁੱਖੀ ਚਾਹਲ, ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ, ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਸੀਗੇ। ਕਾਫੀ ਸਾਰੇ ਕਾਲਰਸ ਵੀ ਮੇਰੇ ਨਾਲ ਜੁੜ ਰਹੇ ਨੇ, ਮੈਂ ਆਪਣੇ ਕਾਲਰਸ ਨੂੰ ਵੀ ਹੁਣ ਸੱਦਾ ਦਿੰਦਾ ਕਿ ਤੁਸੀਂ ਇਸ ਮੰਚ ਦੇ ਉੱਤੇ ਆ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇਸ ਮੁੱਦੇ ਦੇ ਪ੍ਰਤੀ, ਜੋ ਵੀ ਤੁਸੀਂ ਆਪਣੇ ਓਪੀਨੀਅਨਸ ਰੱਖਣਾ ਚਾਹੁੰਦੇ ਹੋ। ਬ੍ਰੇਕ ਤੋਂ ਬਾਅਦ, ਮੈਂ ਤੁਹਾਡੇ ਵੀ ਕਾਲਸ ਲਵਾਂਗਾ, ਜਾਂ ਫਿਰ ਤੁਸੀਂ ਈਮੇਲ ਰਾਹੀਂ ਵੀ ਮੈਨੂੰ ਸੰਦੇਸ਼ ਭੇਜ ਸਕਦੇ ਹੋ, harkirat@justbroadcasting.com, info@justbroadcasting.com ਦੇ ਉੱਤੇ। ਫਿਲਹਾਲ ਰੁਕ ਰਹੇ ਹਾਂ ਇੱਕ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਇੱਥੇ ਚੱਲ ਰਹੀ ਸੀਗੀ, ਕਾਫੀ ਸਾਰੇ ਪ੍ਰਤੀਕਰਮ ਜਿਹੜੇ ਨੇ ਉਹ ਅਸੀਂ ਸੁਣੇ, ਸਾਡੇ ਨਾਲ ਜਿਹੜੇ ਗੈਸਟ ਜੁੜੇ ਸੀਗੇ। ਹੁਣ ਮੇਰੇ ਨਾਲ ਕਾਲਰਸ ਜਿਹੜੇ ਨੇ ਉਹ ਜੁੜੇ ਹੋਏ ਹਨ, ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਇਸ ਮੰਚ ਦੇ ਉੱਤੇ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ। ਮੇਰਾ ਤਾਂ ਇੱਕੋ ਹੀ ਸਵਾਲ ਆ ਆਪਣੇ ਜੀ ਕੇ ਸਾਹਿਬ ਨੂੰ ਜੀ, ਜੇ ਇਹ ਥੋੜੀ ਜਿਹੀ ਹਮਦਰਦੀ ਰੱਖਦਾ ਆ ਬੀਜੇਪੀ ਨਾਲ, ਤੇ ਇਹਨੂੰ ਮੋਦੀ ਜਿਹੜਾ ਕਹਿ ਕੇ ਆਇਆ ਉੱਥੇ ਅਮਰੀਕਾ ਦੇ ਵਿੱਚ, ਉਹ ਯਾਦ ਕਰਾ ਦੇਵੇ ਤਾਂ। ਹਾਂਜੀ, ਜਿਹੜਾ ਬੱਚਾ ਇੱਥੇ ਬਿਆਨ ਦੇ ਕੇ ਗਿਆ ਮੋਦੀ, ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ, ਜੀ 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 ਜੀ, ਉਹਨੂੰ ਯਾਦ ਕਾਤੇ ਨਹੀਂ ਕਰਾਉਂਦਾ? ਇਹ ਜਾਂ ਤਾਂ ਫੇ ਜਿਹੜੇ ਆਰਐਸ ਦਾ ਜੇ ਇੱਥੇ ਜ਼ੋਰ ਹੈਗਾ, ਉੱਥੇ ਉੱਥੇ ਹੋਰ ਕੁਛ ਕਹਿ, ਇੱਥੇ ਆ ਕੇ ਇਹ ਬਦਲ ਗਿਆ ਅਮਿਤ ਸ਼ਾਹ ਦਾ ਜਿਹੜਾ ਬਿਆਨ ਆ ਗਿਆ। ਬਿਲਕੁਲ 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 ਬਿਲਕੁਲ। ਬਾਕੀ ਇੱਕ ਹੋਰ ਦੱਸਿਓ ਮੈਨੂੰ, ਇਹਨੂੰ ਜੀ ਕੇ ਸਾਹਿਬ ਨੂੰ ਪੁੱਛਿਓ ਵੀ 2008 ਜੇ ਕਹਿੰਦਾ ਮੈਂ ਜੁਆਇਨ ਕੀਤੀ ਸੀ, ਉਦੋਂ ਨਾ ਸੀ ਇਹਨਾਂ ਦਾ ਆਪਣੇ ਅਕਾਲੀ ਦਲ ਦਾ ਸਿਆ ਕਬਜ਼ਾ ਤੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਤੇ, ਉਸ ਵੇਲੇ ਕਾ ਤੇ ਜੁਆਇਨ ਕਰ ਗਿਆ, ਬਾਅਦ ਚ ਮੈਂ ਕਹਿੰਦਾ ਇਹਨਾਂ ਹੁਣ ਇਹਨਾਂ ਤੋਂ ਆਜ਼ਾਦ ਕਰਵਾਉਣਾ ਦਾ। ਬਾਕੀ ਇੱਕ ਹੋਰ ਦੱਸ ਦਿਓ ਵੀ ਅੱਜ ਦਾ ਹੁਣ ਕੀ ਆ ਪੋਜੀਸ਼ਨ ਆਪਣੀ ਦਿੱਲੀ ਦੀ? ਪੋਜੀਸ਼ਨ ਦਿੱਲੀ ਦੀ ਜੀ, ਹਜੇ ਤੱਕ ਜਿਹੜੇ ਅਪਡੇਟ ਆ ਰਹੇ ਨੇ, ਆਮ ਆਦਮੀ ਪਾਰਟੀ 36 ਸੀਟਾਂ ਤੱਕ ਅੱਗੇ ਚੱਲ ਰਹੀ ਹੈ, ਬੀਜੇਪੀ 15 ਸੀਟਾਂ 'ਚ ਔਰ ਕਾਂਗਰਸ 3 ਤੇ ਹਜੇ ਹਾਲ ਫਿਲਹਾਲ ਦੇ ਨਤੀਜੇ ਆਏ ਨੇ। ਆਪਣੇ ਕਿੰਨੀਆਂ ਚਾਹੀਦੀਆਂ ਸੀਟਾਂ ਇਹਨਾਂ ਦੇ? 70 ਸੀਟਾਂ ਨੇ ਜੀ ਟੋਟਲ, 70 ਸੀਟਾਂ, ਪਰ ਜਿਹੜੀਆਂ ਜਿੱਤਣ ਦੇ ਲਈ ਲਗਭਗ ਜਿਹੜੀਆਂ ਇਹਨਾਂ ਨੂੰ 35 ਤੋਂ ਉੱਤੋਂ ਉੱਤੇ ਸੀਟਾਂ ਚਾਹੀਦੀਆਂ ਆਮ ਆਦਮੀ ਪਾਰਟੀ ਨੂੰ, ਤੇ ਮਿਹਰਬਾਨੀ। ਕਾਫੀ ਸਾਰੇ ਕਾਲਰ ਸਾਡੇ ਨਾਲ ਹੋਰ ਵੀ ਜੁੜੇ ਹੋਏ ਨੇ, ਇੱਥੇ ਸਮਾਂ ਇਜਾਜ਼ਤ ਇੱਕ ਬ੍ਰੇਕ ਲਈ ਦੇ ਰਿਹਾ, ਔਰ ਜਦ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ, ਲਵਾਂਗੇ ਤੁਹਾਡੀ ਕਾਲਸ, ਔਰ ਦਿੱਲੀ ਦੇ ਉੱਤੇ ਹੁਣ ਅਪਡੇਟ ਅਸੀਂ ਤੁਹਾਨੂੰ ਦੇਵਾਂਗੇ ਇਸ ਬ੍ਰੇਕ ਤੋਂ ਬਾਅਦ, ਕੀ ਕੁਝ ਸਮੀਕਰਨ ਉੱਥੇ ਬਣ ਰਹੇ ਨੇ ਆਮ ਆਦਮੀ ਪਾਰਟੀ ਕੀ ਝਾੜੂ ਦੇ ਨਿਸ਼ਾਨ ਦੇ ਉੱਤੇ, ਜਿਹੜੀ ਚੋਣ ਲੜੀ ਗਈ ਹੈ, ਕੀ ਝਾੜੂ ਜਿਹੜਾ ਹੈਗਾ ਉਹ ਹੱਥ ਦੇ ਵਿੱਚ ਫੜ ਕੇ ਕਮਲ ਦਾ ਜਿਹੜਾ ਫੁੱਲ ਹੈਗਾ ਉਹਨੂੰ ਕੀਚੜ ਤੋਂ ਬਾਹਰ ਕੱਢੇਗਾ, ਜਾਂ ਫਿਰ ਝਾੜੂ ਜਿਹੜਾ ਹੈਗਾ ਉਹ ਤੀਲਾ ਤੀਲਾ ਨਾ ਹੋ ਕੇ ਜੁੜ ਕੇ ਹਵਾ ਦੇ ਵਿੱਚ ਲਹਿਰਾਏਗਾ? ਕੀ ਹੈ ਦਿੱਲੀ ਦਾ ਦੰਗਲ, ਇਸ ਬ੍ਰੇਕ ਤੋਂ ਬਾਅਦ ਜਾਣਾਂਗੇ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਦੀ ਚੋਣਾਂ ਦੀ ਗੱਲ ਇੱਥੇ ਹੋ ਰਹੀ ਹੈ, ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ ਮੈਦਾਨ ਦੇ ਵਿੱਚ ਨੇ, ਕੀ ਕੁਝ ਰੁਝੇਵੇਂ ਜਿਹੜੇ ਨੇ ਉੱਥੇ ਵੇਖਣ ਨੂੰ ਮਿਲ ਰਹੇ ਨੇ, ਔਰ ਕੀ ਕੁਝ ਰਿਜ਼ਲਟ ਜਿਹੜੇ ਨੇ ਆ ਰਹੇ ਨੇ? ਗਗਨ ਚੌਹਾਨ ਸਾਡੇ ਸਹਿਯੋਗੀ ਫੋਨ ਲਾਈਨ ਦੇ ਉੱਤੇ ਮੌਜੂਦ ਨੇ, ਤਾਜ਼ਾ ਅਪਡੇਟਸ ਦਿੱਲੀ ਦੀ ਅਸੀਂ ਲੈ ਲੈਂਦੇ ਹਾਂ। ਗਗਨ, ਕੀ ਕੁਝ ਮਾਹੌਲ ਬਣਿਆ ਹੋਇਆ, ਕਿੰਨੀ ਦੂਰ ਹੈਗੀ ਹੈ ਦਿੱਲੀ, ਔਰ ਕਿਸ ਪਾਰਟੀ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ? ਹਰਕਿਰਤ, ਜਿਹੜੇ ਸਟਾਰਟਿੰਗ ਕਾਊਂਟਿੰਗ ਹੈਗੀ ਹੈ ਉਸਨੇ ਬੜਾ ਕਲੀਅਰ ਕਰ ਦਿੱਤਾ ਕਿ ਜਿਹੜੇ ਐਗਜ਼ਿਟ ਪੋਲ ਆ ਰਹੇ ਸੀ ਉਹ ਬੜੇ ਸਹੀ ਆ ਰਹੇ ਸੀ, ਔਰ ਇਲੈਕਸ਼ਨ ਕਮਿਸ਼ਨ ਦੀ ਸਾਈਟ 'ਤੇ ਵੀ ਜਿਹੜਾ ਇਸ ਵੇਲੇ ਅਪਡੇਟਡ ਹੈ ਉਹ 55 ਸੀਟਾਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, 14 ਸੀਟਾਂ 'ਤੇ ਬੀਜੇਪੀ ਅੱਗੇ ਚੱਲ ਰਹੀ ਹੈ। ਜਿਹੜਾ ਇਲੈਕਸ਼ਨ ਕਮਿਸ਼ਨ ਜਿਹੜੇ ਸੀ ਜਿਸਨੂੰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਔਥੈਂਟਿਕ ਸਭ ਤੋਂ ਜ਼ਿਆਦਾ ਉਹ ਦੱਸਦੇ ਹੈ,
ਇੱਕ ਸੀਟ ਦਾ ਉਹਨਾਂ ਨੇ ਕੁਛ ਨਹੀਂ ਦੱਸਿਆ ਹਜੇ, ਪਰ 69 ਸੀਟਾਂ ਜਿਹੜੀਆਂ ਦੱਸੀਆਂ ਨੇ 69 ਚੋਂ 55 ਤੇ ਆਮ ਆਦਮੀ ਪਾਰਟੀ ਤੇ 14 ਸੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਹੈ। ਇਹ ਪੋਸਟਲ ਬੈਲਟ ਦਾ ਰਾਊਂਡ ਹੈ ਔਰ ਪੋਸਟਲ ਬੈਲਟ ਦੇ ਵੀ ਜਿਹੜੀ ਵੱਡੀ ਗੱਲ ਹੁੰਦੀ ਹੈ ਕਿ ਸਰਕਾਰੀ ਮੁਲਾਜ਼ਮ ਜਿਹੜੇ ਹੁੰਦੇ ਨੇ ਉਹਨਾਂ ਦੇ ਵੋਟ ਜਿਹੜੇ ਹੈਗੇ ਉਹ ਪੋਸਟਲ ਬੈਲਟ ਦੇ ਥਰੂ ਆਉਂਦੇ ਨੇ। ਸੋ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਸਟੇਟ ਲੈਵਲ ਦੀ ਇਲੈਕਸ਼ਨ ਹੁੰਦੀ ਹੈ ਤਾਂ ਪੋਸਟਲ ਬੈਲਟ ਦੇ ਰਾਹੀਂ ਆ ਜਿਹੜੇ ਗੌਰਮੈਂਟ ਐਂਪਲੋਈ ਹੁੰਦੇ ਆ ਉਹਨਾਂ ਦਾ ਜਿਸ ਪਾਸੇ ਰੁਝਾਨ ਜ਼ਿਆਦਾ ਹੁੰਦਾ ਹੈ, ਉਹਨਾਂ ਦਾ ਵੋਟ ਜਿਸ ਪਾਸੇ ਜ਼ਿਆਦਾ ਭੁਗਤਦਾ ਹੈ, ਸਰਕਾਰ ਵੀ ਉਸੇ ਪਾਰਟੀ ਦੀ ਬਣਦੀ ਹੈ। ਔਰ ਇਸ ਰੁਝਾਨ ਦੇ ਵਿਚਾਲੇ ਜਿਹੜਾ ਹੈਗਾ ਬਹੁਤਾ ਜ਼ਿਆਦਾ ਡਿਫਰੈਂਸ ਜਿਹੜਾ ਹੈਗਾ ਈਵੀਐਮ ਦੇ ਵਿੱਚ ਵੀ ਵੇਖਣ ਨੂੰ ਜ਼ਿਆਦਾ ਨਹੀਂ ਮਿਲੇਗਾ, ਇਹ ਵੀ ਜਿਹੜਾ ਹੈਗਾ ਮਾਹਿਰ ਅੰਦਾਜ਼ਾ ਲਾ ਰਹੇ ਨੇ। ਤੇ ਕਮਲ ਦਾ ਫੁੱਲ ਮੁਰਝਾ ਗਿਆ ਕਹਿਣ ਦਾ ਭਾਵ ਹੈ, ਤੇ ਝਾੜੂ ਜਿਹੜਾ ਹੈਗਾ ਉਹ ਇਸ ਵਾਰ ਤੀਲਾ ਤੀਲਾ ਨਹੀਂ ਹੋਇਆ, ਝਾੜੂ ਇਸ ਵਾਰ ਕਮਾਲ ਕਰ ਗਿਆ ਗਗਨ, ਅਸੀਂ ਕਹਿ ਸਕਦੇ ਹਾਂ। ਹਰਕਿਰਤ, ਇਸ ਤੋਂ ਵੀ ਅੱਗੇ ਇੱਕ ਗੱਲ ਕਰਦੇ ਹਾਂ, ਦਿੱਲੀ ਨੇ ਬਹੁਤ ਸਿਆਣਪ ਵਾਲੀ ਗੱਲ ਕੀਤੀ ਔਰ ਜਿਹੜੀ ਡਿਵਾਈਸਿਵ ਪੋਲਿਟਿਕਸ ਸੀਗੀ, ਕਮਲ ਦਾ ਫੁੱਲ ਖੁਸ਼ਬੂ ਲੈ ਕੇ ਆਉਂਦਾ ਪਰ ਕਮਲ ਦੇ ਫੁੱਲ ਦੇ ਨਾਲ ਜੇਕਰ ਕਿਚੜ ਪਾਇਆ ਜਾਵੇ ਚਾਰੇ ਪਾਸੇ, ਔਰ ਇਹ ਚਿੱਕੜ ਜਿਹੜਾ ਸੀਗਾ ਇਹ ਨਫ਼ਰਤੀ ਤਕਰੀਰਾਂ ਦਾ ਸੀਗਾ, ਇਹ ਆਪਸ ਵਿੱਚ ਲੋਕਾਂ ਨੂੰ ਵੰਡਣ ਦਾ ਸੀਗਾ, ਇਹ ਲੋਕਾਂ ਨੂੰ ਗੋਲੀ ਮਾਰਨ ਦਾ ਸੀਗਾ, ਇਹ ਦਿੱਲੀ ਵਿੱਚ ਪਾਕਿਸਤਾਨ ਬਣਾਉਣ ਦਾ ਚਿੱਕੜ ਸੀਗਾ, ਇਹ ਸਾਰੇ ਨੂੰ ਦਿੱਲੀ ਨੇ ਨਕਾਰ ਦਿੱਤਾ। ਝਾੜੂ ਦੇ ਨਾਲ ਇਹ ਸਾਰੀ ਦੀ ਸਫਾਈ ਕਰ ਦਿੱਤੀ ਹੈ, ਇੱਕ ਪਾਸੇ ਲਾ ਦਿੱਤਾ ਇਸਨੂੰ, ਔਰ ਮੁੜ ਤੋਂ ਜਿਹੜਾ ਹੈਗਾ ਝਾੜੂ ਨੇ ਜਿਹੜੇ ਸਾਫ਼ ਸਫਾਈ ਕਰਕੇ ਦਿੱਲੀ ਵਿੱਚ ਜਿਹੜਾ ਹੈਗਾ ਦਿੱਲੀ ਨੂੰ ਬਚਾ ਲਿਆ। ਪਰ ਗਗਨ, ਇੱਥੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਸੀਗੇ ਕਿ EVM ਮਸ਼ੀਨਾਂ ਦੇ ਵਿੱਚ ਵੀ ਖਰਾਬੀ ਵੇਖਣ ਨੂੰ ਮਿਲੀ, ਔਰ ਕਈ ਸਾਰੇ ਕਰਮਚਾਰੀਆਂ ਦੀ ਵੀਡੀਓ ਵੀ ਸਾਹਮਣੇ ਆਈ ਜੋ ਕਿ EVM ਨੂੰ ਆਪਣੇ ਨਾਲ ਲਿਜਾਂਦੇ ਹੋਏ ਨਜ਼ਰ ਆਏ, ਇਹ ਕੀ ਕੁਝ ਅਪਡੇਟਸ ਨੇ ਇਹਦੇ ਬਾਰੇ ਤੁਹਾਡੇ ਕੋਲ? ਹਰਕਿਰਤ, ਦੇਖੋ ਇਹ ਇਲਜ਼ਾਮ ਪਹਿਲੀ ਵਾਰ ਨਹੀਂ ਲੱਗਿਆ, ਪਹਿਲੀ ਗੱਲ ਤਾਂ ਅਸੀਂ ਇਹ ਸਮਝੀਏ ਕਿ ਇਹ ਇਲਜ਼ਾਮ ਜਿਹੜਾ ਹੈਗਾ ਜਿਹੜੀ ਪਿਛਲੀ ਸਟੇਟਸ ਚੋਣਾਂ ਹੋਈਆਂ ਨੇ, ਦੂਜੇ ਸਟੇਟ ਵਿੱਚ ਚੋਣਾਂ ਹੋਈਆਂ, ਮਹਾਰਾਸ਼ਟਰ ਵਿੱਚ ਚੋਣ ਹੋਈ, MP ਵਿੱਚ ਚੋਣ ਹੋਈ, ਰਾਜਸਥਾਨ ਵਿੱਚ ਚੋਣ ਹੋਈ, ਛੱਤੀਸਗੜ੍ਹ ਵਿੱਚ ਚੋਣ ਹੋਈ, ਉੱਥੋਂ ਵੀ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ, ਪਰ ਇਹ ਬਹੁਤੇ ਵੱਡੇ ਪੱਧਰ ਤੇ ਨਹੀਂ ਕੀਤੀ ਜਾ ਸਕੀ। ਅਸੀਂ ਇਹ ਨਹੀਂ ਕਹਿ ਸਕਦੇ ਕਿ EVM ਦੇ ਨਾਲ ਛੇੜਖਾਨੀ ਕੀਤੀ ਗਈ ਹੈ ਨਹੀਂ ਕੀਤੀ ਗਈ, ਕਿਉਂਕਿ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਇਸ ਦੇ ਨਾਲ ਛੇੜਖਾਨੀ ਨਹੀਂ ਹੋ ਸਕਦੀ। ਸੈਕਿੰਡ ਆਪਸ਼ਨ ਕੀ ਬਚਦੀ ਹੈ ਫਿਰ? ਸੈਕਿੰਡ ਆਪਸ਼ਨ ਇਹ ਬਚਦੀ ਹੈ ਕਿ ਤੁਸੀਂ EVM ਨੂੰ ਹੈਕ ਕਰ ਲਓ, ਕਿਸੇ ਤਰੀਕੇ ਉਸਨੂੰ ਚੱਕ ਕੇ ਦੂਜੀ ਥਾਂ ਤੇ ਲੈ ਜਾਓ, ਜਾਂ ਗਾਇਬ ਕਰ ਦਿਓ, ਜਾਂ ਕਿਸੇ ਹੋਰ ਥਾਂ ਤੇ ਰੱਖ ਦਿਓ, ਸਟਰੋਂਗ ਰੂਮ ਤੱਕ ਜਾਣ ਹੀ ਨਾ ਦਿਓ। ਇਹ ਕੋਸ਼ਿਸ਼ਾਂ ਕਿਤੇ ਨਾ ਕਿਤੇ ਅਜਿਹੀਆਂ ਤਸਵੀਰਾਂ ਪਹਿਲਾਂ ਵੀ ਚੋਣਾਂ ਵੀ ਸਾਹਮਣੇ ਆਈਆਂ, ਪਰ ਇੱਕ ਜਾਂ ਦੋ EVM ਦੇ ਨਾਲ ਹੋਈ ਹੈ ਛੇੜਖਾਨੀ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਹੈ, ਵੀਡੀਓ ਕਲਿੱਪ ਵੀ ਵਾਇਰਲ ਹੋਇਆ ਸੀਗਾ, ਜਿਹੜਾ ਐਮਪਲੋਈ ਸੀਗਾ ਗਵਰਨਮੈਂਟ ਐਮਪਲੋਈ ਸੀਗਾ ਉਸਨੂੰ ਫੜਿਆ ਗਿਆ ਸੀਗਾ। ਇੱਕ ਜਾਂ ਦੋ EVM ਜਿਹੜੀ ਇਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਉਹ ਵੱਡੇ ਪੱਧਰ ਤੇ ਨਹੀਂ ਕੀਤੀ ਜਾ ਸਕੀ, ਔਰ ਉਸਦਾ ਹੀ ਨਤੀਜਾ ਇਹ ਹੈਗਾ ਕਿ ਜਿਹੜਾ ਐਗਜ਼ਿਟ ਪੋਲ ਵਿੱਚ ਜਿਹੜੀ ਗੱਲ ਆ ਰਹੀ ਸੀਗੀ ਉਹੀ ਨਤੀਜੇ ਉਹੀ ਰੁਝਾਨ ਜਿਹੜਾ ਹੈਗਾ ਉਸੇ ਵਜੋਂ ਸਾਹਮਣੇ ਆ ਰਹੇ ਨੇ। ਹਰਕਿਰਤ, ਗਗਨ, ਜਿਵੇਂ ਕਿਹਾ ਜਾਂਦਾ ਦਿੱਲੀ ਜਿਹੜੀ ਹੈਗੀ ਹੈ ਉਹ ਦਿਲ ਵਾਲਿਆਂ ਦੀ ਹੈ, ਅਤੇ ਦਿੱਲੀ ਦਾ ਦਿਲ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੀ ਤਰਫ ਹੀ ਜਾ ਕੇ ਝੁਕਿਆ ਹੈਗਾ, ਅਤੇ ਨੈਸ਼ਨਲ ਪੋਲੀਟਿਕਸ BJP ਦੀ ਜਿਹੜੀ ਲੰਬੇ ਸਮੇਂ ਤੋਂ ਵੱਖ ਵੱਖ ਸਟੇਟਾਂ ਦੇ ਵਿੱਚ ਹਾਵੀ ਹੁੰਦੀ ਹੋਈ ਨਜ਼ਰ ਆਈ ਉਹ ਦਿੱਲੀ ਦੇ ਵਿੱਚ ਨਜ਼ਰ ਨਹੀਂ ਆਈ। ਗਗਨ, ਬੜੀ ਇੰਟਰਸਟਿੰਗ ਗੱਲ ਹੈਗੀ, ਇੱਕ ਹੋਰ ਫੈਕਟਰ ਮੈਂ ਤੁਹਾਨੂੰ ਅੱਜ ਦੱਸਾਂ ਕਿ ਅੱਜ ਜਿਸ ਸ਼ਖਸ ਨੇ BJP ਦੀ ਸਥਾਪਨਾ ਕੀਤੀ ਸੀਗੀ ਔਰ ਜਿਸ ਦੇ ਨਾਂ ਤੇ BJP ਨੇ ਜ਼ਿਆਦਾਤਰ ਥਾਵਾਂ ਦੇ ਨਾਂ ਰੱਖਿਆ, ਦੀਨਦਿਆਲ ਉਪਾਧਿਆਇ, ਅੱਜ ਦਾ ਦਿਨ BJP ਜਿਹੜਾ ਹੈਗਾ ਉਹਨਾਂ ਦਾ ਬਲੀਦਾਨ ਦਿਵਸ ਮਨਾ ਰਹੀ ਹੈ। 11 ਫਰਵਰੀ 1968 ਨੂੰ ਜਿਹੜਾ ਹੈਗਾ ਉਹਨਾਂ ਦੀ ਮੌਤ ਹੋਈ ਸੀਗੀ ਤੇ ਅੱਜ 11 ਫਰਵਰੀ ਹੈ। ਇਹ 11 ਫਰਵਰੀ ਦਾ ਦਿਨ BJP ਸੋਗ ਤਾਂ ਮਨਾ ਰਹੀ ਹੈ ਦੀਨਦਿਆਲ ਉਪਾਧਿਆਇ ਦਾ, ਪਰ ਦਿੱਲੀ ਵਾਲਿਆਂ ਨੇ ਦਿਲ ਦੇ ਨਾਲ ਨਹੀਂ ਸਗੋਂ ਦਿਮਾਗ ਦੇ ਨਾਲ ਕੰਮ ਲਿਆ। ਉਹਨਾਂ ਨੇ ਲੋਕਾਂ ਨੂੰ ਸੁਣਿਆ, ਉਹਨਾਂ ਨੇ ਉਹਨਾਂ ਆਗੂਆਂ ਨੂੰ ਸੁਣਿਆ ਜਿਹੜੇ ਗੱਦਾਰ ਦੀ ਗੱਲ ਕਰਦੇ ਸੀ, ਜਿਹੜੇ ਦਹਿਸ਼ਤਗਰਦੀ ਦੀ ਗੱਲ ਕਰਦੇ ਸੀ, ਜਿਹੜੇ ਪਾਕਿਸਤਾਨ ਦੀ ਗੱਲ ਕਰਦੇ ਸੀ, ਜਿਹੜੇ ਸ਼ਾਹੀਨ ਬਾਗ ਤੇ ਨਿਸ਼ਾਨਾ ਲਾਉਂਦੇ ਸੀ। ਫਿਰ ਉਹਨਾਂ ਨੇ ਉਸ ਸ਼ਖਸ ਨੂੰ ਸੁਣਿਆ ਜਿਹੜਾ ਸ਼ਖਸ ਬੜੇ ਨਰਮੀ ਦੇ ਨਾਲ ਬੜੇ ਥਰਮੇ ਦੇ ਨਾਲ ਇੱਕ ਗੱਲ ਆ ਕੇ ਕਹਿ ਰਿਹਾ ਸੀ ਕਿ ਜੇਕਰ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਦਿਓ, ਜੇ ਮੈਂ ਕੰਮ ਨਹੀਂ ਕੀਤਾ ਤਾਂ ਮੈਨੂੰ ਵੋਟ ਨਾ ਦਿਓ। ਉਸਨੇ ਪੂਰੇ ਕੈਂਪੇਨ ਦੇ ਵਿੱਚ ਦੇਖੋ ਬਹੁਤ ਵੱਡਾ ਡਿਫਰੈਂਸ ਇੱਕ ਕ੍ਰੀਏਟ ਹੋਇਆ। ਇੱਕ ਪਾਸੇ 270 MP, CM, MLA, ਮਿਨਿਸਟਰ ਸਾਰੇ ਲੱਗੇ ਹੋਏ ਨੇ ਦਿੱਲੀ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਤੋਂ ਜਿਹੜਾ ਹੈਗਾ ਆਜ਼ਾਦ ਕਰਾਉਣ ਦੇ ਲਈ BJP ਵੱਲੋਂ। ਗਗਨ, ਜਾਂਦੇ ਜਾਂਦੇ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈ ਲਵਾਂ, ਜੇਕਰ ਦਿੱਲੀ ਆਮ ਆਦਮੀ ਪਾਰਟੀ ਚਲੋ ਹੁਣ ਮੰਨ ਹੀ ਲੈਂਦੇ ਕਿ ਕਬਜ਼ਾ ਕਰ ਲੈਂਦੀ ਹੈ, ਤੇ ਇਹਦਾ ਕਿੰਨਾ ਕੁ ਫਰਕ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਊਗਾ ਚੋਣਾਂ ਦੇ ਵਿੱਚ? ਇਹ ਬਹੁਤ ਇੰਟਰਸਟਿੰਗ ਹੈ ਹਰਕਿਰਤ, ਕਿ ਦਿੱਲੀ ਵਿੱਚ ਜੇਕਰ ਇਸ ਵੇਲੇ ਅਸੀਂ ਸਾਰਾ ਓਵਰਆਲ ਸਿਨੈਰੀਓ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਸ਼ਖਸ ਨੇ ਕੈਂਪੇਨ ਕੀਤਾ ਉਹ ਸ਼ਖਸ ਹੀ ਭਗਵੰਤ ਮਾਨ, ਇਹ ਦਿੱਲੀ ਵਿੱਚ ਸਵੀਕਾਰਿਆ ਜਾ ਰਿਹਾ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਵੀ ਦੇਖਿਆ ਜੀ ਭਗਵੰਤ ਮਾਨ ਨੇ ਥਾਂ ਥਾਂ ਤੇ ਉਹਨਾਂ ਦੇ ਨਾਲ ਜਾ ਕੇ ਰੈਲੀਆਂ ਕੀਤੀਆਂ ਨੇ। ਇਸ ਚੀਜ਼ ਦਾ ਇੰਪੈਕਟ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਜ਼ਾਹਿਰ ਤੌਰ ਤੇ ਪਏਗਾ, ਪੰਜਾਬ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਇੱਕ ਬੂਸਟ ਮਿਲੇਗਾ। ਔਰ ਸਭ ਤੋਂ ਵੱਡੀ ਗੱਲ, ਜਿਹੜੇ ਲੋਕ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਨਜ਼ਰ ਆ ਰਹੇ ਨੇ, ਜਿਹੜੀ ਕਿਤੇ ਨਾ ਕਿਤੇ ਇੱਕ ਆਪਸ ਵਿੱਚ ਜਿਹੜੀ ਇੱਕ ਟਕਰਾਅ ਚੱਲ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਚਾਲੇ, ਔਰ ਜਿਹਨਾਂ ਆਗੂਆਂ ਨੇ ਵੱਖਰੇ ਹੋ ਕੇ ਦੂਜੇ ਧਿਰਾਂ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੋਈ ਰਾਹ ਨਹੀਂ
ਤੇ ਪੰਜਾਬ ਦੇ ਵਿੱਚ ਵੀ ਝਾੜੂ ਜਿਹੜਾ ਤੀਲਾ ਤੀਲਾ ਹੋ ਚੁੱਕਿਆ ਸੀ ਉਹ ਜੁੜ ਸਕਦਾ ਉਹ ਤਰਾਜੂ ਦੇ ਉੱਤੇ ਬਕਾਇਦਾ ਤੁਲੇਗਾ ਤੇ ਹੱਥ ਦੇ ਨਾਲ ਤਰਾਜੂ ਨੂੰ ਫੜਿਆ ਜਾਵੇਗਾ ਲੇਕਿਨ ਭਾਰੀ ਕੌਣ ਹੋਏਗਾ ਤਰਾਜੂ ਦੇ ਉੱਤੇ ਇਹ 2022 ਦੇ ਵਿੱਚ ਪਤਾ ਚੱਲੇਗਾ। ਮਿਹਰਬਾਨੀ ਗਗਨ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਦਿੱਲੀ ਦੇ ਉੱਤੇ ਤੁਸੀਂ ਅਪਡੇਟ ਦਿੱਤੀਆਂ ਤੇ ਇਹ ਸੀਗੇ ਗਗਨਦੀਪ ਚੌਹਾਨ ਸਾਡੇ ਸਹਿਯੋਗੀ ਜਿਨ੍ਹਾਂ ਨੇ ਕਿਹਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਲ ਫਿਲਹਾਲ ਦੇ ਵਿੱਚ ਅੱਗੇ ਚੱਲ ਰਹੀ ਹੈ ਤੇ ਦੂਜੇ ਨੰਬਰ ਤੇ ਬੀਜੇਪੀ ਤੇ ਤੀਜੇ ਨੰਬਰ ਤੇ ਕਾਂਗਰਸ ਲੇਕਿਨ ਦਿੱਲੀ ਹਜੇ ਵੀ ਦੂਰ ਹੈ। ਥੋੜ੍ਹੀ ਦੇਰ ਦੇ ਵਿੱਚ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ। ਵੇਖਦੇ ਰਹੋ ਜਸ ਪੰਜਾਬੀ। ਇਹੀ ਸੀਗਾ ਅੱਜ ਦਾ ਮੁੱਦਾ। ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ।